ਗੁਰਬਾਣੀ ਜ਼ੂਮ ਕਲਾਸ ਵਿੱਚ ਜੁੜ ਬੈਠੇ ਸਾਰੇ ਵੀਰ ਭੈਣਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ। ਜਿਵੇਂ ਆਪ ਜੀ ਜਾਣਦੇ ਹੋ, ਇਸ ਜ਼ੂਮ ਗੁਰਬਾਣੀ ਕਲਾਸ ਅੰਦਰ ਕਾਫੀ ਸਮੇਂ ਤੋਂ ਅਸੀਂ ਬਾਣੀ ਸੁਖਮਨੀ ਜੋ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ, ਉਸ ਦੀ ਲਗਾਤਾਰ ਫਿਲਾਸਫੀਕਲ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਨਵੇਂ ਆਏ ਵੀਰ ਭੈਣਾਂ ਵਾਸਤੇ ਜਸਟ ਟੂ ਰਿਵਾਈਜ਼, ਅੱਜ ਦਾ ਜੋ ਸ਼ਲੋਕ ਹੈ, ਤਜੋ ਸਿਆਣਪ ਸੁਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਾਉ ਜਾਏ। ਆਪ ਸਾਰੇ ਜਾਣਦੇ ਹੋ ਆਮ ਕਰਕੇ ਰਹਾਉ ਦਾ ਮਨ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ। ਵੱਡੀ ਬਾਣੀਆਂ ਵਿੱਚ ਬਹੁਤ ਕਰਕੇ ਰਹਾਉ ਦਾ ਮਨ ਨਹੀਂ ਹੁੰਦਾ, ਕੇਵਲ ਇਸ ਬਾਣੀ ਸੁਖਮਨੀ ਅੰਦਰ ਰਹਾਉ ਦਾ ਬੰਦ ਹੈ ਜੋ ਇਸ ਦਾ ਸੈਂਟਰਲ ਆਈਡੀਆ ਹੈ, ਜਿਸ ਦੀ ਵਿਚਾਰ ਅਸੀਂ ਪਹਿਲਾਂ ਬੜੀ ਡਿਟੇਲ ਨਾਲ ਕਰ ਚੁੱਕੇ ਹਾਂ। ਰਿਵਾਈਜ਼ ਕਰਦੇ ਹੋਏ ਸੁਖਮਨੀ ਦੀ ਜੋ ਡੈਫੀਨੇਸ਼ਨ ਹੈ, ਸਤਿਗੁਰੂ ਜੀ ਨੇ ਸੈਂਟਰਲ ਆਈਡੀਆ ਵੀ ਦੇ ਦਿੱਤੀ ਹੈ ਤੇ ਇਹਦੇ ਵਿੱਚ 6 ਪੁਆਇੰਟ ਲਏ ਹਨ। ਪੜ੍ਹਦੇ ਹੋਏ ਸਮਝਾਂਗੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਸੁਖਮਨੀ ਕੀ ਹੈ, ਸੁਖ ਕੀ ਹੁੰਦੇ ਹਨ, ਅੰਮ੍ਰਿਤ ਕਿਸ ਨੂੰ ਆਖਦੇ ਹਾਂ, ਪ੍ਰਭ ਕੌਣ ਹੈ, ਪ੍ਰਭ ਦਾ ਨਾਮ ਕੀ ਕਿਵੇਂ ਹੈ, ਇਹ ਸੁਖਾਂ ਦੀ ਮਣੀ ਕਿੱਥੇ ਰਹਿੰਦੀ ਹੈ, ਇਹ ਸਾਰੇ ਤੱਤ ਅਸੀਂ ਬਹੁਤ ਡਿਟੇਲ ਨਾਲ ਵਿਚਾਰ ਕਰ ਚੁੱਕੇ ਹਾਂ। ਸੰਖੇਪ ਵਿੱਚ ਸੁਖਾਂ ਦੀ ਮਣੀ ਕੀ ਹੈ, ਸੁਖ ਕੀ ਹਨ, ਅੰਮ੍ਰਿਤ ਅੰਮ੍ਰਿਤ ਕੀ ਹੈ, ਪ੍ਰਭ ਨਾਮ ਤੇ ਵਾਸਾ ਹੈ ਭਗਤ ਜਨਾਂ ਦੇ ਹਿਰਦਿਆਂ ਅੰਦਰ। ਆਪ ਜਦੋਂ ਵੀ ਹੁਣ ਦੇਖੋਗੇ, ਇਹ ਜਿਹੜੇ 7 ਵਿਸ਼ੇ ਹਨ, ਇਹੀ ਵਿਸ਼ੇ ਹਰ ਅਸ਼ਟਪਦੀ ਅੰਦਰ ਸਤਿਗੁਰੂ ਜੀ ਬਾਰ ਬਾਰ ਅਵੇਅਰ ਕਰਾਉਣਗੇ। ਕਦੇ ਇੱਕ ਸਬਜੈਕਟ ਹੋਏਗਾ, ਕਦੇ ਦੋ ਹੋਣਗੇ। ਅੱਜ ਦੇ ਇਸ
ਤਜੋ ਸਿਆਨਪ ਸੁਰ ਜਨੋ ਸਿਮਰੋ ਹਰ ਹਰ ਰਾਏ। ਉਸ ਹਰੀ ਮਾਲਕ ਦੀ ਯਾਦ ਸਿਮਰਨ ਬੰਦਗੀ ਧਿਆਣਾ ਉਹਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਇਹ ਨਾਮ ਗੁਣ ਹੀ ਸੁੱਖਾਂ ਦਾ ਮੂਲ ਹੈ, ਸੁੱਖਾਂ ਦੀ ਮਣੀ ਹੈ। ਇਸ ਕਰਕੇ ਸਤਿਗੁਰੂ ਬਾਰ ਬਾਰ ਅਵੇਅਰ ਕਰਦੇ ਹਨ। ਤੇ ਇਹਨੂੰ ਕਰਨ ਤੋਂ ਪਹਿਲਾਂ ਇੱਕ ਇਨਸਟਰਕਸ਼ਨ ਹੋਰ ਹੈ, ਇਹ ਭਾਈ ਜਨੋ ਚੰਗੇ ਗੁਰਸਿੱਖੋ, ਆਪਣੀਆਂ ਸਿਆਣਪਾਂ ਛੱਡ ਦਿਓ, ਆਪਣੀਆਂ ਚਤੁਰਾਈਆਂ ਛੱਡ ਦਿਓ, ਤੇ ਫਿਰ ਇਹ ਨਾਮ ਜਪਣ ਦਾ ਕਾਰ ਸ਼ੁਰੂ ਕਰਨਾ ਹੈ। ਸ਼ੁਰੂ ਕਰਦਿਆਂ ਏਕ ਆਤ ਹਰ ਮਨ ਰੱਖੋ, ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦੀ ਆਸ ਆਧਾਰ ਆਪਣੇ ਮਨ ਵਿੱਚ ਰੱਖਣਾ ਹੈ। ਮਨ ਨੰਨੇ ਨੂੰ ਸਿਆਰੀ ਹੈ, ਮਨ ਦੇ ਵਿੱਚ ਕੇਵਲ ਉਸ ਪਰਮੇਸ਼ਰ ਦਾ ਆਸਰਾ ਰੱਖਣਾ ਹੈ। ਵੈਨ ਦਾ ਐਕਸ਼ਨ ਇਜ਼ ਦੇਅਰ, ਰਿਜ਼ਲਟ ਵਿਲ ਬੀ ਦੇਅਰ। ਦੁੱਖ ਭਰਮ ਪਾਉ ਜਾਏ, ਸਿਆਣਪਾਂ ਛੱਡ ਕੇ ਜਦੋਂ ਮਨੁੱਖ ਉਸ ਪਰਮੇਸ਼ਰ ਨੂੰ ਯਾਦ ਕਰਦਾ ਹੈ, ਉਹ ਗੁਣ ਨਾਮ ਇਕੱਠੇ ਕਰਦਾ ਹੈ ਤੇ ਉਸ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦਾ ਹੈ, ਤਾਂ ਉਸ ਦੀ ਜ਼ਿੰਦਗੀ ਦੇ ਦੁੱਖ ਪੇਨ ਪ੍ਰੋਬਲਮ ਈਵਲਸ ਭਰਮ ਭੁਲੇਖੇ ਡੁਐਲਿਟੀ ਇਹ ਖਤਮ ਹੋ ਜਾਂਦੇ ਹਨ। ਜਦੋਂ ਪ੍ਰਕਾਸ਼ ਆਵੇ ਲਾਈਟ ਆਵੇ, ਹਨੇਰਾ ਆਪਣੇ ਆਪ ਖਤਮ ਹੋ ਜਾਂਦਾ ਹੈ, ਇਹ ਧਿਆਨ ਰੱਖਣਾ। ਹਨੇਰੇ ਦੀ ਆਪਣੀ ਕੋਈ ਹੋਂਦ ਨਹੀਂ ਹੈ, ਉਹ ਪ੍ਰਕਾਸ਼ ਚਾਨਣ ਦੀ ਗੈਰ ਹਾਜ਼ਰੀ ਹਨੇਰਾ ਪੈਦਾ ਕਰਦੀ ਹੈ। ਇਸੇ ਤਰ੍ਹਾਂ ਗੁਰੂ ਦਾ ਗਿਆਨ ਰੱਬੀ ਗੁਣ ਜਦੋਂ ਮਨ ਵਿੱਚ ਇਨਲਾਈਟਨਮੈਂਟ ਹੋਣਗੇ, ਲੈਕ ਆਫ ਨੌਲੇਜ ਭਰਮ ਭੁਲੇਖੇ ਆਪਣੇ ਆਪ ਦੂਰ ਹੁੰਦੇ ਚਲੇ ਜਾਂਦੇ। ਸਤਿਗੁਰੂ ਜੀ ਇਸ ਨੂੰ ਲਗਾਤਾਰ ਕਿਉਂ ਸਮਝਾਉਣਾ ਕਰਨਗੇ। ਅਸੀਂ ਇਸ ਅਸ਼ਟਪਦੀ ਦੇ ਤਿੰਨ ਪਦੇ ਪਹਿਲਾਂ ਪਿਛਲੇ ਹਫ਼ਤੇ ਵਿਚਾਰ ਕਰ ਚੁੱਕੇ ਹਾਂ, ਚੌਥਾ ਪਦਾ ਤੇ ਇਸ ਨੂੰ ਲਗਾਤਾਰ ਹੁਣ ਸਮਝਣ ਦਾ ਯਤਨ ਕਰਾਂਗੇ। ਗੁਰ ਪ੍ਰਸਾਰ ਆਪਨ ਆਪ ਸੁਝੈ, ਤਿਸਕੀ ਜਾਨਾ ਤ੍ਰਿਸ਼ਨਾ ਬੁਝੈ। ਡਿਜ਼ਾਇਰਸ ਤ੍ਰਿਸ਼ਨਾਵਾਂ ਇਹ ਮਨੁੱਖ ਨੂੰ ਮਾਇਆ ਵਿੱਚ ਇੰਨਾ ਗਲਤਾਨ ਕਰ ਲੈਂਦੀਆਂ ਹਨ ਕਿ ਮਨੁੱਖ ਰੱਬ ਨੂੰ ਵਿਸਾਰ ਦਿੰਦਾ ਹੈ, ਉਹਨੂੰ ਸਮਝ ਨਹੀਂ ਪਾਉਂਦਾ ਹੈ। ਤੇ ਸਤਿਗੁਰੂ ਅਵੇਅਰ ਕਰ ਰਹੇ ਨੇ। ਪ੍ਰਸਾਦ ਕਿਰਪਾ ਵਾਸਤੇ ਵੀ ਆਉਂਦਾ ਹੈ, ਪ੍ਰਸਾਦ ਦਾ ਮਤਲਬ ਸਿੱਖਿਆ ਲੈਸਨ ਟੀਚਿੰਗ ਨਾਲ ਵੀ ਆਵੇਗਾ। ਹੁਣ ਗੁਰੂ ਦੀ ਸਿੱਖਿਆ ਦੇ ਰਾਹੀਂ, ਗੁਰੂ ਦੇ ਲੈਸਨ ਦੇ ਰਾਹੀਂ ਆਪਨ ਆਪ ਸੁਝੈ, ਜਿਹੜਾ ਆਪਣੇ ਆਪ ਦੀ ਪਛਾਣ ਕਰ ਲੈਂਦਾ ਹੈ, ਆਪਣੇ ਆਪ ਨੂੰ ਸਮਝ ਲੈਂਦਾ ਹੈ, ਜਾਣ ਲੈਂਦਾ ਹੈ। ਕਿਉਂਕਿ ਜਦੋਂ ਤੱਕ ਮੈਂ ਆਪਣੇ ਆਪ ਨੂੰ ਨਹੀਂ ਸਮਝਾਂਗਾ, ਉਸ ਪਰਮੇਸ਼ਰ ਨੂੰ ਨਹੀਂ ਜਾਣ ਸਕਦਾ। ਮੈਨੂੰ ਆਪਣੀ ਹੋਣ ਦਾ ਹੀ ਪਤਾ ਨਹੀਂ ਹੈ, ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕਿਸ ਮਕਸਦ ਲਈ ਇਸ ਸੰਸਾਰ ਵਿੱਚ ਆਇਆ।
ਤੇ ਜਿਹੜਾ ਗੁਰੂ ਦੇ ਲੈਸਨ ਦੇ ਰਾਹੀਂ ਆਪਣਾ ਆਪ ਸਮਝ ਲੈਂਦਾ ਹੈ, ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ, ਉਹਦੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ। ਜਦੋਂ ਮੈਨੂੰ ਪਤਾ ਲੱਗ ਗਿਆ ਕਿ ਮੈਂ ਉਸ ਰੱਬ ਦਾ ਹਿੱਸਾ ਹਾਂ, ਉਹਦੀ ਅੰਸ਼ ਹਾਂ, ਉਹਦੀ ਜੋਤ ਦਾ ਇੱਕ ਹਿੱਸਾ ਹਾਂ, ਤਾਂ ਮੇਰੇ ਅੰਦਰੋਂ ਤ੍ਰਿਸ਼ਨਾਵਾਂ, ਡਿਜ਼ਾਇਰ, ਡਿਮਾਂਡ ਖਤਮ ਹੋ ਜਾਂਦੀਆਂ ਨੇ। ਮੈਨੂੰ ਆਪਣਾ ਆਪ ਸਮਝ ਆਉਂਦੀ ਹੈ, ਮੈਨੂੰ ਉਸ ਰੱਬ ਦੀ ਸਮਝ ਆਉਂਦੀ ਹੈ, ਉੱਤੇ ਵਿਸ਼ਵਾਸ ਬਣਦਾ ਹੈ, ਉੱਤੇ ਪਿਆਰ ਬਣਦਾ ਹੈ, ਤੇ ਮੈਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਉਹ ਬਿਨਾਂ ਮੰਗੇ ਮੈਨੂੰ ਦਿੰਦਾ ਹੈ, ਤੇ ਮੇਰੀਆਂ ਤ੍ਰਿਸ਼ਨਾਵਾਂ ਆਪਣੇ ਆਪ ਖਤਮ ਹੋ ਜਾਂਦੀਆਂ। ਸਾਧ ਸੰਗ ਹਰ ਹਰ ਜਸ ਕਾਹਤ। ਤੇ ਹੁਣ ਜਦੋਂ ਆਪਣੇ ਆਪੇ ਦੀ ਸਮਝ ਆ ਗਈ, ਰੱਬ ਦੀ ਸਮਝ ਆਣੀ ਸ਼ੁਰੂ ਹੋ ਗਈ ਹੈ, ਮੈਂ ਹੁਣ ਉਹਨਾਂ ਗੱਲਾਂ ਕਰਦਾ ਹਾਂ ਕਿਸ ਤਰ੍ਹਾਂ ਦੇ ਨਾਲ ਸੰਗਤ ਵਿੱਚ ਬੈਠ ਕੇ ਉਸ ਹਰੀ ਪਰਮੇਸ਼ਰ ਦੀਆਂ ਗੱਲਾਂ ਕਰਦਾ ਹਾਂ, ਉਹਦੀ ਸਿਫਤਾਂ ਕਰਦਾ ਹਾਂ, ਉਹਦਾ ਨਾਮ ਗੁਣ ਜਪਦਾ ਹਾਂ, ਤੇ ਜਦੋਂ ਮੈਂ ਉਹਦੇ ਗੁਣਾਂ ਵਿੱਚ ਗਲਤਾਨ ਹਾਂ, ਲੀਨ ਹਾਂ, ਮੇਰੀ ਸੋਚ ਉਹਦੇ ਗੁਣਾਂ ਨਾਲ ਭਰੀ ਪਈ ਹੈ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਮੇਰੇ ਮਨ ਦੇ ਰੋਗ ਤ੍ਰਿਸ਼ਨਾਵਾਂ ਮਨ ਦੀਆਂ ਹਨ, ਈਵਲਸ ਮਨ ਦੇ ਉੱਪਰ ਹਾਵੀ ਹੁੰਦੇ ਹਨ, ਤੇ ਇਹ ਵਿਚਾਰ ਮੈਂ ਆਪ ਜੀ ਨਾਲ ਤਕਰੀਬਨ ਹਰ ਵਾਰੀ ਸਾਂਝਾ ਕਰਦਾ ਹਾਂ। ਬਾਣੀ ਬਹੁਤ ਕਰਕੇ ਮਨ ਵਾਸਤੇ ਹੈ, ਇਹ ਧਿਆਨ ਰੱਖਣਾ ਹੈ। ਜਦੋਂ ਬਾਣੀ ਪੜ੍ਹੋ, ਜਦੋਂ ਬਾਣੀ ਸੁਣੋ, ਇਹ ਸਮਝਿਆ ਕਰੋ ਇਹ ਸ਼ਬਦ ਮੇਰੇ ਵਾਸਤੇ ਹੈ, ਮੇਰੇ ਮਨ ਵਾਸਤੇ ਹੈ, ਫਿਰ ਸਮਝ ਆਵੇਗਾ। ਜਿੱਥੇ ਸਰੀਰ ਦੀ ਗੱਲ ਹੋਏਗੀ, ਉੱਥੇ ਸਤਿਗੁਰੂ ਸਰੀਰ ਦਾ, ਉਹਦੇ ਆਰਗਨ ਦਾ, ਬੋਡੀ ਦਾ ਨਾਮ ਲਿਖ ਦਿੰਦੇ ਨੇ। ਇਹ ਸਰੀਰਾਂ ਮੇਰਿਆ, ਇਹ ਸ਼੍ਰਵਣੋ ਮੇਰਿਓ, ਇਹ ਨੇਤਰੋ ਮੇਰਿਓ, ਤਾਂ ਉੱਥੇ ਨਾਮ ਹੋਏਗਾ। ਤਾਂ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਵੀ ਉਸ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਹਦੀ ਸਿਫਤਾਂ ਕਰਦਾ ਹੈ, ਉਸ ਜਨ ਦੇ ਮਨ ਦੇ ਸਾਰੇ ਰੋਗ ਈਵਲ ਖਤਮ ਹੋ ਜਾਂਦੇ ਹਨ। ਅਸੀਂ ਇਹਨੂੰ ਅੱਗੇ ਹੋਰ ਸਮਝਣ ਦਾ ਯਤਨ ਕਰਾਂਗੇ। ਅੰਤਿਮ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਣ। ਇੱਕ ਤਾਂ ਗ੍ਰਸਤ ਦਾ ਜੀਵਨ ਦਿੱਤਾ ਹੈ, ਘਰ ਪਰਿਵਾਰ ਬੱਚੇ ਬੀਵੀ ਛੱਡ ਕੇ ਜੰਗਲਾਂ ਵਿੱਚ, ਪਹਾੜਾਂ ਵਿੱਚ, ਕੰਦਰਾਵਾਂ ਵਿੱਚ ਚਲੇ ਜਾਣਾ, ਇਹ ਗੁਰਮਤ ਦਾ ਅਸੂਲ ਨਹੀਂ ਹੈ। ਹਸੰਦੇ ਆ, ਖਿਲੰਦੇ ਆ, ਪਹਿਨੰਦੇ ਆ, ਖਵੰਦੇ ਆ, ਵਿੱਚੇ ਹੋਵੇ ਮੁਕਤ। ਹੁਣ ਇਹ ਸਾਰਾ ਕੰਮ, ਇਹ ਦੇਖੋ ਇੱਕ ਪ੍ਰੋਸੈਸ, ਇੱਕ ਢੰਗ ਦੇ ਵਿੱਚ ਚੱਲ ਰਿਹਾ ਹੈ। ਗੁਰੂ ਨੇ ਲੈਸਨ ਦਿੱਤਾ, ਗੁਰੂ ਦੀ ਸਿੱਖਿਆ ਦੇ ਨਾਲ ਮੈਂ ਰੱਬ ਦੇ ਗੁਣਾਂ ਨਾਲ ਜੁੜ ਗਿਆ, ਤੇ ਇਹਨੂੰ ਮੈਂ ਹੁਣ ਰੋਜ਼ ਰੋਜ਼ ਵਾਰ ਵਾਰ ਕਈ ਢੰਗ ਤਰੀਕਿਆਂ ਨਾਲ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ, ਉਹਦੀ ਸਿਫਤਾਂ ਕਰਦਾ ਹਾਂ, ਤੇ ਉਹਦੇ ਵਿੱਚੋਂ ਇੱਕ ਸਾਧਨ ਹੈ ਕੀਰਤਨ। ਕੀਰਤ ਤੋਂ ਬਣਿਆ ਹੈ ਸਿਫਤਾਂ, ਵਡਿਆਈ। ਜਦੋਂ ਗਾ ਕੇ ਉਹਦੀ ਸਿਫਤਾਂ ਕਰਦੇ ਹਾਂ,
ਉਹ ਕੀਰਤਨ ਬਣ ਜਾਂਦਾ। ਅੰਦਿਨ ਕੀਰਤਨ ਕੇਵਲ ਬੱਕਿਆਂ, ਹੁਣ ਦਿਨ ਰਾਤ ਮੇਰੀ ਸੋਚ ਦੇ ਅੰਦਰ, ਮੇਰੀ ਮਤ ਬੁੱਧ ਦੇ ਅੰਦਰ ਉਸ ਪਰਮੇਸ਼ਰ ਦੇ ਗੁਣ ਹਨ। ਉਹ ਮੈਂ ਦਿਨ ਰਾਤ ਗਾਉਂਦਾ ਹਾਂ, ਉਹਦੀ ਵਡਿਆਈ ਕਰਦਾ ਹਾਂ, ਉਹਨੂੰ ਐਕਸਪਲੇਨ ਕਰਦਾ ਹਾਂ, ਆਪਣੇ ਮਨ ਤੱਕ ਲੈ ਕੇ ਜਾਂਦਾ ਹਾਂ। ਗ੍ਰਸਤ ਮੈਂ ਸੋਈ ਨਿਰਵਾਣ, ਤਾਂ ਉਹ ਮਨੁੱਖ ਜਦੋਂ ਇਹ ਗੁਣਾਂ ਦੇ ਨਾਲ ਭਰ ਜਾਂਦਾ ਹੈ, ਦਿਨ ਰਾਤ ਸੋਚ ਮਨ ਮਤ ਬੁੱਧ ਦੇ ਅੰਦਰ ਉਸ ਪਰਮੇਸ਼ਰ ਦੇ ਗੁਣ ਹਨ, ਤਾਂ ਗ੍ਰਸਤ ਵਿੱਚ ਰਹਿੰਦਿਆਂ ਮੈਂ ਉਸ ਮੁਕਤੀ ਦਾ ਦੁਆਰ, ਉਹ ਪਦ ਪ੍ਰਾਪਤ ਕਰ ਲੈਂਦਾ ਹਾਂ, ਵਿਕਾਰਾਂ ਤੋਂ ਛੁੱਟ ਜਾਂਦਾ ਹਾਂ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਪਾਸਾ। ਏਕ ਉਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਲੈਸਨ ਇੱਕ ਓਅੰਕਾਰ ਹੈ, ਐਂਡ ਆਫਟਰ ਦੈਟ ਗੁਰੂ ਨਾਨਕ ਐਕਸਪਲੇਨ ਦਿਸ ਵਨਨੈਸ ਆਲ ਓਵਰ ਦਾ ਗੁਰੂ ਗ੍ਰੰਥ ਸਾਹਿਬ ਮੋਰ ਦੈਨ 2000 ਟਾਈਮ। 2000 ਤੋਂ ਵੱਧ ਇੱਕ ਰੱਬ ਪਰਮੇਸ਼ਵਰ ਦੀ ਗੱਲ ਕੀਤੀ ਹੈ, ਉਹਨੂੰ ਬਾਰ ਬਾਰ ਰਿਪੀਟ ਕੀਤਾ ਹੈ ਵੀ ਇਹ ਮਨ ਉਸ ਪਰਮੇਸ਼ਰ ਇੱਕ ਅਕਾਲ ਪੁਰਖ ਦੇ ਉੱਪਰ ਆਸ ਰੱਖ। ਜਿਹੜਾ ਜਨ ਇੱਕ ਪਰਮੇਸ਼ਰ ਦੇ ਉੱਪਰ ਆਸ ਰੱਖਦਾ ਹੈ, ਤਿਸ ਕੀ ਕਟੀਐ ਜਮ ਕੀ ਫਾਸਾ। ਜਮ ਕੀ ਫਾਸ, ਵਿਕਾਰਾਂ ਤੋਂ ਮੁਕਤੀ ਮਿਲਦੀ ਹੈ, ਭਵ ਸਾਗਰ ਤੋਂ ਪਾਰ ਹੋ ਜਾਈਦਾ ਹੈ। ਹੁਣ ਇਹ ਲੈਸਨ ਸਾਰਿਆਂ ਵਾਸਤੇ ਹੈ। ਐਨੀ ਬਾਡੀ ਇਨ ਦਾ ਵਰਲਡ ਹੂ ਅਡਾਪਟ ਦਾ ਐਟਰੀਬਿਊਟਸ ਆਫ ਦਾ ਗਾਡ, ਕੁਆਲਿਟੀਜ਼ ਆਫ ਦਾ ਗਾਡ, ਆਲ ਈਵਲ ਰਿਮੂਵ ਫਰਮ ਹਿਜ ਲਾਈਫ, ਖਤਮ ਹੋ ਜਾਂਦੇ ਹਨ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਮਨ ਨੰਨੇ ਨੂੰ ਸਿਆਰੀ ਹੈ, ਜਿਹਦੇ ਮਨ ਵਿੱਚ ਉਸ ਪਰਮੇਸ਼ਰ ਨੂੰ ਮਿਲਣ ਦੀ ਭੁੱਖ ਹੈ, ਉਹਦੇ ਨਾਮ ਗੁਣ ਨੂੰ ਅਡਾਪਟ ਕਰਨ ਦੀ ਤਾਂਘ ਹੈ, ਇੱਛਾ ਹੈ, ਡਿਜ਼ਾਇਰ ਹੈ। ਨਾਨਕ ਤਿਸੈ ਨਾ ਲਾਗੈ ਦੁਖ, ਤਿਸੈ ਅਤੇ ਲਾਗੈ ਬਹੁਤ ਹਨ, ਪਲੂਰਲ ਬਹੁ ਵਚਨ ਹਨ। ਤਾਂ ਉਹਨਾਂ ਨੂੰ ਨਾਨਕ ਜੀ ਆਖਦੇ ਨੇ ਦੁੱਖ ਨਹੀਂ ਵਿਆਪਦੇ। ਹੁਣ ਇੱਥੇ ਸਰੀਰਕ ਦੁੱਖਾਂ ਦੀ, ਸਿਰ ਦਰਦ ਦੀ, ਪੇਟ ਦਰਦ ਦੀ ਗੱਲ ਨਹੀਂ ਹੋ ਰਹੀ ਹੈ, ਮਨ ਦੇ ਦੁੱਖਾਂ ਦੀ ਗੱਲ ਹੋ ਰਹੀ ਹੈ। ਮਨ ਦੀ ਪਰੇਸ਼ਾਨੀਆਂ, ਮਨ ਦੇ ਵਲਵਲੇ, ਮਨ ਦੇ ਫੁਰਨਿਆਂ ਦੀ ਗੱਲ ਹੋ ਰਹੀ ਹੈ। ਤਾਂ ਜਦੋਂ ਜਦੋਂ ਮੇਰੇ ਮਨ ਅੰਦਰ ਭੁੱਖ ਪੈਦਾ ਹੁੰਦੀ ਹੈ ਪਰਮੇਸ਼ਰ ਦੇ ਨਾਮ ਦੀ, ਉਹਦੇ ਗੁਣਾਂ ਦੀ, ਤਾਂ ਮੇਰੇ ਦੁੱਖ ਤਕਲੀਫ ਮਨ ਤੋਂ ਦੂਰ ਹੋ ਜਾਂਦੇ ਹਨ, ਮਨ ਸ਼ਾਂਤ ਹੋ ਜਾਂਦਾ ਹੈ। ਆਓ ਇਸ ਕੀਰਤਨ ਨੂੰ ਥੋੜਾ ਜਿਹਾ ਹੋਰ ਸਮਝਾਂਗੇ। ਅੰਦਿਨ ਕੀਰਤਨ ਕੇਵਲ ਬੱਕਿਆ, ਕੀਰਤ ਕਰਨ ਵਾਸਤੇ ਪਹਿਲਾਂ ਸਿਆਣਪ ਛੱਡਣੀ ਪੈਂਦੀ ਹੈ, ਆਪਣਾ ਆਪ ਸਰੰਡਰ ਕਰਨਾ ਪੈਂਦਾ ਹੈ। ਤਜੋ ਸਿਆਣਪ ਸੁਰ ਜਨੋ ਸਿਮਰੋ ਹਰ ਹਰ ਰਾਏ, ਉਹੀ ਗੱਲ ਇੱਥੇ ਕਹਿ ਰਹੇ ਹਨ ਸਤਿਗੁਰੂ ਜੀ। ਪਾਠ ਕਰਨਾ, ਕਥਾ ਐਕਸਪਲੇਨ, ਕਥਨ ਕਰਨਾ, ਬਿਆਨ ਕਰਨਾ, ਕੀਰਤ ਸਿਥਲਾ ਵਡਿਆਈ, ਤੇ ਇਸ ਕੀਰਤ ਨੂੰ ਜਦੋਂ ਗਾ ਕੇ ਲੈ ਦੇ ਵਿੱਚ ਪੜ੍ਹਦੇ ਹਾਂ, ਉਹ ਕੀਰਤਨ ਬਣ ਜਾਂਦਾ ਹੈ। ਸਿਥਲਾ ਕਰਨੀ,
ਵਡਿਆਈ ਕਰਨੀ, ਉਸ ਪਰਮੇਸ਼ਰ ਦੀਆਂ ਗੱਲਾਂ ਕਰਨੀਆਂ, ਕਹਿਣਾ, ਗਾਉਣਾ, ਦੀਜ਼ ਆਲ ਆਰ ਦਾ ਸਿਨੋਨੀਮਸ ਵਰਡ। ਇਹ ਕਈ ਕਿਸੇ ਢੰਗ ਨਾਲ ਵੀ ਅਸੀਂ ਉਸ ਪਰਮੇਸ਼ਰ ਦੀ ਸਿਫਤ ਲਾ ਵਡਿਆਈ ਕਰ ਸਕਦੇ ਹਾਂ, ਪਰ ਕਰਨਾ ਦਿਨ ਰਾਤ ਹੈ। ਅੰਦਿਨ ਕੀਰਤਨ ਕੇਵਲ ਬਖਿਆ, ਮੇਰੀ ਜ਼ੁਬਾਨ ਦੇ ਉੱਪਰ, ਮੇਰੇ ਸਰੀਰ ਦੇ ਆਰਗਨ ਦੇ ਉੱਪਰ ਕੇਵਲ ਉਸ ਪਰਮਾਤਮਾ ਦੀ ਸਿਫਤ ਲਾ ਹੋਵੇ। ਮੇਰੇ ਮਨ, ਮਤ, ਬੁੱਧ, ਸੋਚ ਦੇ ਅੰਦਰ ਉਸ ਪਰਮੇਸ਼ਰ ਦੇ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਹੋਵੇ ਹਮੇਸ਼ਾ। ਇਹਨੂੰ ਅਸੀਂ ਹੋਰ ਬਾਣੀ ਦੇ ਪ੍ਰਮਾਣ ਰਾਹੀਂ ਸਮਝਣ ਦਾ ਯਤਨ ਕਰਾਂਗੇ। ਸਾਹਿਬ ਆਖਦੇ ਹਨ, ਤਨ ਸੁਥਾਮ ਬਸੰਤ ਤਨ ਚੈਨ ਜਪੀਐ ਨਾਮ। ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਜਿੱਥੇ ਪਰਮੇਸ਼ਰ ਦੇ ਗੁਣ ਗਾ ਕੇ ਧਾਰਨ ਕੀਤੇ ਜਾਂਦੇ ਹਨ, ਉਹ ਜਗ੍ਹਾ ਪਾਕ ਪਵਿੱਤਰ ਧਨ ਹੋ ਜਾਂਦੀ ਹੈ। ਚਾਹੇ ਉਹ ਸਰੀਰ ਦੇ ਆਰਗਨ ਹੋਣ, ਚਾਹੇ ਉਹ ਮਨ ਹੈ, ਚਾਹੇ ਮਤ ਹੈ, ਜੇ ਮੇਰੇ ਮਨ ਵਿੱਚ ਪਰਮੇਸ਼ਰ ਦੇ ਗੁਣ ਆ ਜਾਂਦੇ ਹਨ ਤਾਂ ਮੇਰਾ ਮਨ ਨਿਰਮਲ ਹੋ ਜਾਂਦਾ ਹੈ। ਮੇਰੀ ਮਤ ਦੇ ਅੰਦਰ ਪਰਮੇਸ਼ਰ ਦੀ ਕੀਰਤ ਸਿਫਲਾ ਵਡਿਆਈ ਆ ਜਾਂਦੀ ਹੈ, ਮੇਰੀ ਮਤ ਗੁਰਮਤ ਬਣ ਜਾਂਦੀ ਹੈ। ਤੇ ਜਿਹੜੀ ਜਗ੍ਹਾ ਪਲੇਸ ਜਿੱਥੇ ਰੱਬ ਦੀਆਂ ਗੱਲਾਂ ਹੋਣ, ਉਹ ਵੀ ਤਨ ਹੋ ਜਾਂਦੇ ਹਨ। ਤਨ ਸੁਥਾਨ ਬਸੰਤ ਤਨ ਜੈ ਜਪੀਐ ਨਾਮ, ਕਥਾ ਕੀਰਤਨ ਹਰ ਅਤ ਕਣਾ ਸੂ ਸਹਿਜ ਬਿਸਰਾਮ। ਫਿਰ ਮੈਂ ਬੇਨਤੀ ਕਰਾਂਗਾ, ਕਈ ਵਾਰੀ ਕੀਰਤਨ ਕਰਨ ਵਾਲੇ ਕੀਰਤਨ ਦੀ ਬਹੁਤ ਵਡਿਆਈ ਕਰਦੇ ਨੇ, ਕਥਾ ਕਰਨ ਵਾਲੇ ਕਥਾ ਦੀ ਵਡਿਆਈ ਕਰੀ ਜਾਣਗੇ, ਪਾਠ ਕਰਨ ਵਾਲੇ ਪਾਠ ਦੀ ਸਿਫਤਲਾ ਕਰ ਦਿੰਦੇ ਹਨ। ਇਹ ਸਾਰੇ ਇੱਕੋ ਰੱਬ ਨੂੰ ਯਾਦ ਕਰਨ ਦੇ ਕਈ ਢੰਗ ਤਰੀਕੇ ਹਨ। ਯੂ ਕੈਨ ਡੂ ਐਨੀ ਵਨ ਆਫ ਦੈਟ। ਕਥਾ ਦੇ ਰਾਹੀਂ ਉਸ ਰੱਬ ਦੇ ਗੁਣ ਗਾਏ ਜਾ ਸਕਦੇ ਹਨ, ਕੀਰਤਨ ਦੇ ਰਾਹੀਂ, ਮਿਊਜ਼ਿਕ ਦੇ ਰਾਹੀਂ ਵੀ ਉਹਦੀ ਸਿਫਤਲਾ ਕੀਤੀ ਜਾ ਸਕਦੀ ਹੈ, ਪਾਠ ਦੇ ਰਾਹੀਂ ਮੈਂ ਉਸ ਮਾਲਕ ਦੇ ਗੁਣਾਂ ਨੂੰ ਯਾਦ ਕਰ ਸਕਦਾ ਹਾਂ। ਦੇਰ ਆਰ ਸੋ ਮੈਨੀ ਵੇਜ਼ ਐਨੀ ਵਨ ਉਸ ਨੂੰ ਅਡਾਪਟ ਕਰ ਸਕਦਾ ਹੈ, ਐਂਡ ਦਾ ਰਿਜ਼ਲਟ ਇਜ਼ ਦੇਅਰ, ਇਟਸ ਲੌਜਿਕ ਆਫ ਦਾ ਲਾਈਫ। ਜਿੱਥੇ ਕੋਈ ਐਕਸ਼ਨ ਹੋਏਗਾ, ਉਹਦਾ ਰਿਜ਼ਲਟ ਵੀ ਮਿਲੇਗਾ। ਸੁਖ ਸਹਿਜ ਬਿਸਰਾਮ, ਜਿਸ ਮਨ ਵਿੱਚ ਪਰਮੇਸ਼ਰ ਦੇ ਗੁਣ ਆ ਜਾਣਗੇ, ਉਹਦੀ ਕੀਰਤ, ਉਹਦੀ ਸਿਫਤਲਾ, ਉਹਦੀ ਵਡਿਆਈ ਆ ਜਾਵੇਗੀ, ਉਹ ਮਨ ਸੁੱਖਾਂ ਵਿੱਚ ਹੈ, ਉਹ ਮਨ ਸਹਿਜ ਸੰਤੋਖ ਦੇ ਅੰਦਰ ਹੈ, ਟਿਕਾਅ ਦੇ ਵਿੱਚ ਹੈ। ਦੇਖੋ ਸਤਿਗੁਰੂ, ਇੱਕ ਲਾਈਨ ਦੇ ਅੰਦਰ ਮੇਰੇ ਮਨ ਨੂੰ ਟਿਕਾਣ ਦਾ ਰਸਤਾ ਦੱਸ ਰਹੇ ਹਨ। ਆਮ ਸਿੱਖ ਇਸ ਗੱਲ ਤੋਂ ਹਮੇਸ਼ਾ ਪਰੇਸ਼ਾਨ ਹੈ। ਪਾਤਸ਼ਾਹ ਜੀ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਸੇਵਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਮਨ ਨਹੀਂ ਟਿਕਦਾ ਹੈ, ਕਿਉਂਕਿ ਅਸੀਂ ਪ੍ਰੋਸੈਸ, ਢੰਗ, ਤਰੀਕਾ ਗਲਤ ਅਪਣਾ ਲੈਂਦੇ ਹਾਂ। ਸਾਨੂੰ ਪਾਠ ਕਰਨ ਦੀ ਜਾਤ ਨਹੀਂ, ਸਾਨੂੰ ਉਹਦੀ ਸਿਫਤਲਾ ਕਰਨ ਦਾ ਢੰਗ ਨਹੀਂ ਹੈ, ਕਿਤੇ ਨਾ ਕਿਤੇ ਰੁਕਾਵਟ ਹੈ, ਤਾਂ ਕਰਕੇ ਮਨ ਨਹੀਂ ਟਿਕਦਾ ਹੈ। ਤਾਂ ਸਤਿਗੁਰੂ ਦੇਖੋ ਕਿੰਨੇ ਇਸ ਇੱਕ ਪੰਗਤੀ ਅੰਦਰ ਸਾਰਾ ਕੁਝ ਸਮਝਾ ਗਏ ਹਨ। ਕਥਾ ਕੀਰਤਨ ਅਤ ਘਣਾ ਸੁਖ ਸਹਿਜ ਬਿਸਰਾਮ। ਹੁਣ ਕਿੰਨੇ ਸੌਖੇ
ਸ਼ਬਦਾਂ ਦੇ ਸਤਿਗੁਰ ਨੂੰ ਸਮਝਾ ਰਹੇ ਹਨ। ਇੱਕ ਤਾਂ ਹੋਰ ਬਖਸ਼ਿਸ਼ ਕਰਦੇ ਹਨ, ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹਾ ਹੈ ਕਾਰੀ ਜੀਓ। ਦਿਸ ਐਕਸ਼ਨ ਇਜ਼ ਦਾ ਮੋਸਟ ਸੁਪੀਰੀਅਰ ਐਂਡ ਦਾ ਇੰਪੋਰਟੈਂਟ। ਕਿਹੜਾ ਸਫਲ ਇਹ ਕਾਰੀ ਹੈ, ਇਹੀ ਕੰਮ ਸਫਲ ਹੈ ਕਿਹੜਾ, ਹਰ ਕੀਰਤਨ ਗਾਵੋ ਦਿਨ ਰਾਤ, ਅਨਦਿਨ ਦਿਨ ਰਾਤ, ਉਠਤ ਬੈਠਤ ਸੋਵਤ ਜਾਗਤ। ਕਹਿੰਦੇ ਉਸ ਹਰੀ ਦੀ ਕਿਰਤੀ ਕਰਨੀ ਹੈ, ਵਡਿਆਈ ਕਰਨੀ ਹੈ, ਗਾਉਣਾ ਹੈ, ਉਹਦੇ ਗੁਣਾਂ ਦਾ ਗਾਇਨ ਕਰਨਾ ਹੈ, ਜਿਸ ਕਰਕੇ ਨਾਮ ਦੀ ਪ੍ਰਾਪਤੀ ਹੋਣੀ ਹੈ। ਸਾਚੀ ਬਾਣੀ ਸੁਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ। ਅੱਗੇ ਸਤਿਗੁਰੂ ਇੱਕ ਤਾਂ ਹੋਰ ਬਖਸ਼ਿਸ਼ ਕਰਦੇ ਹਨ, ਸੁਣ ਕੀਰਤਨ ਸਾਧ ਪੈ ਜਾਏ, ਜਨਮ ਮਰਨ ਕੀ ਤ੍ਰਾਸ ਮਿਟਾਏ। ਪੁਰਾਣੇ ਨੂੰ ਸਿਆਰੀ ਹੈ ਸੁਣ ਕੇ ਕਿ ਕੀਰਤਨ, ਕੀਰਤਨ ਕਿਵੇਂ ਸੁਣਦੇ ਹਾਂ, ਬਾਣੀ ਦੇ ਰਾਹੀਂ, ਬਾਣੀ ਦੇ ਵਿੱਚੋਂ ਸਾਧ ਪੈ ਜਾਏ ਤੇ ਗੁਰੂ ਕੋਲ ਚਲੇ ਗਏ। ਇਤਿਹਾਸ ਵਿੱਚ ਆਪ ਸਾਰੇ ਜਾਣਦੇ ਹੋ, ਭਾਈ ਲਹਿਣਾ ਜੀ ਨੇ ਇੱਕ ਸਿੱਖ ਪਾਸੋਂ ਗੁਰੂ ਪਾਤਸ਼ਾਹ ਦੀ ਬਾਣੀ ਸੁਣੀ, ਜਿਵੇਂ ਉਹ ਆਪ ਦੇਵੀ ਦੇ ਪੁਜਾਰੀ ਸਨ, ਦੇਵੀ ਦੀਆਂ ਭੇਟਾਂ ਗਾਉਂਦੇ ਸਨ, ਹਰ ਸਾਲ ਜਾਂਦੇ ਸਨ, ਪਰ ਇੱਕ ਗੁਰੂ ਕੇ ਸਿੱਖ ਕੋਲੋਂ ਗੁਰੂ ਨਾਨਕ ਦੀ ਬਾਣੀ ਸੁਣ ਲਈ, ਮਨ ਵਿੱਚ ਟਿਕਾ ਆਇਆ, ਮਨ ਵਿੱਚ ਆਨੰਦ ਆਇਆ, ਹੇਰਾ ਆਇਆ, ਤੇ ਸੋਚਣ ਲੱਗੇ ਇਹ ਬਾਣੀ ਸੁਣ ਕੇ ਇੰਨਾ ਚੰਗਾ ਲੱਗਿਆ ਹੈ, ਇੰਨਾ ਮਿੱਠਾ ਲੱਗਿਆ ਹੈ, ਤੇ ਜਿਸਨੇ ਇਹ ਬਾਣੀ ਲਿਖੀ ਹੋਵੇਗੀ, ਜਿਹਨੇ ਇਹ ਬਚਨ ਲਿਖੇ ਹਨ, ਉਹ ਕਿਹੋ ਜਿਹਾ ਕਮਾਲ ਦਾ ਹੋਵੇਗਾ। ਮਨ ਵਿੱਚ ਤਾਂਘ ਪੈਦਾ ਹੋ ਗਈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਾ ਮਿਲੇ। ਮੈਂ ਡਿਟੇਲ ਵਿੱਚ ਨਹੀਂ ਜਾਵਾਂਗਾ। ਦੇਖੋ ਹੁਣ ਕੀਰਤਨ ਸਾਧ ਪੈ ਜਾਏ, ਗੁਰੂ ਕੋਲ ਆ ਗਏ, ਬਾਣੀ ਚੰਗੀ ਲੱਗੀ, ਗੁਰੂ ਕੋਲ ਬੈਠਣਾ ਹੋ ਗਿਆ। ਜਨਮ ਮਰਨ ਕੀ ਤ੍ਰਾਸ ਮਿਟਾਏ, ਇਹਦਾ ਜੰਮਣ ਮਰਨ ਦਾ ਦੁੱਖ ਹੈ, ਇਹ ਜਨਮ ਮਰਨ ਦੀ ਜਿਹੜੀ ਪਰੇਸ਼ਾਨੀ ਰਹਿੰਦੀ ਹੈ ਨਾ ਬੰਦੇ ਨੂੰ, ਪਤਾ ਨਹੀਂ ਮੈਂ ਮਰਨ ਤੋਂ ਬਾਅਦ ਕਿੱਥੇ ਜਾਵਾਂਗਾ, ਜਿਹਦਾ ਪਤਾ ਨਹੀਂ ਹੈ, ਉਹ ਦੁੱਖ ਕਾਰਨ ਬਣਾਇਆ ਹੋਇਆ ਹੈ। ਕਹਿੰਦੇ ਨੇ ਉਹ ਦੁੱਖ, ਉਹ ਤ੍ਰਾਸ ਮਿਟ ਜਾਵੇਗੀ ਜਦੋਂ ਬਾਣੀ ਦੇ ਰਾਹੀਂ ਤੇਰਾ ਗੁਰੂ ਨਾਲ ਮਿਲਾਪ ਹੋਵੇਗਾ, ਕਿਉਂਕਿ ਬਾਣੀ ਦੇ ਰਾਹੀਂ ਮੈਂ ਗੁਰੂ ਨਾਲ ਗੱਲਾਂ ਕਰਦਾ ਹਾਂ, ਗੁਰੂ ਕੋਲ ਬੈਠਦਾ ਹਾਂ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਹੁਣ ਕੋਈ ਅੱਖਰ ਹੈ ਜਿਹੜਾ ਔਖਾ ਹੋਵੇ, ਥੋੜਾ ਜਿਹਾ ਰਤਾ ਪਿਆਰ ਨਾਲ ਸਹਿਜ ਦੇ ਨਾਲ ਬਾਣੀ ਪੜਿਆ ਕਰੋ, ਮਨ ਟਿਕਾ ਵਿੱਚ ਆ ਜਾਵੇ, ਆਨੰਦ ਆ ਜਾਵੇਗਾ, ਹੇੜਾ ਆਵੇਗਾ। ਹਰ ਕੀਰਤਨ ਸੁਣੈ, ਨਾਣੇ ਨੂੰ ਦੁਲਾਵਾਂ ਹੈ, ਇਹ ਸਿੰਗਲਰ ਇੱਕ ਵਚਨ ਦੀ ਗੱਲ ਹੋ ਗਈ। ਜਿਹੜਾ ਕੀਰਤਨ ਉਸ ਪਰਮਾਤਮਾ ਦੀ ਸਿਫਤ ਲਾ ਗੁਣ ਨਾਮ ਸੁਣਦਾ ਹੈ, ਹਰ ਕੀਰਤਨ ਗਾਵੈ ਤੇ ਉਹਦਾ ਕੀਰਤਨ ਗਾਉਂਦਾ ਵੀ ਹੈ, ਲੈ ਦੇ ਨਾਲ, ਤਰੰਨੁਮ ਦੇ ਨਾਲ, ਪਿਆਰ ਦੇ ਨਾਲ, ਰੰਗ ਵਿੱਚ ਭਿੱਜ ਕੇ ਗਾਉਂਦਾ ਹੈ। ਕਹਿੰਦੇ ਤਿਸ ਜਨ, ਕਹਿੰਦੇ ਉਸ ਜਨ ਦੇ ਦੁੱਖ ਨਿਕਟ ਨਹੀਂ ਆਵੈ। ਹੁਣ ਸ਼ਬਦ ਨਿਕਟ ਹੈ, ਖਿਆਲ ਕਰਨਾ,
ਉਸ ਜਨ ਦੇ ਜਿਨ੍ਹੇ ਪਰਮੇਸ਼ਰ ਦੀ ਸਿਫਤ ਸੁਣੀ ਹੈ ਮਨ ਕਰਕੇ, ਕੰਨਾਂ ਨਾਲ ਨਹੀਂ ਕੇਵਲ ਮਨ ਕਰਕੇ ਸੁਣੀ ਹੈ, ਮਨ ਕਰਕੇ ਉਹਦੀ ਵਡਿਆਈ ਗਾਇਨ ਕੀਤੀ ਹੈ। ਕਹਿੰਦੇ ਉਸ ਜਨ ਦੇ ਜੀਵਨ ਅੰਦਰ ਜਿਹੜੇ ਦੁੱਖ ਨੇ, ਕਲੇਸ਼ ਨੇ, ਵਿਕਾਰ, ਈਵਲ ਨੇ, ਉਹਦੇ ਨੇੜੇ ਨਹੀਂ ਆ ਸਕਦੇ। ਦੇ ਡੋਂਟ ਟੱਚ ਹਿਮ। ਜਦੋਂ ਗੁਰਬਾਣੀ ਦਾ, ਜਦੋਂ ਰੱਬ ਦੇ ਗੁਣਾਂ ਦਾ ਆਰਮਰ ਕਵਚ ਪਾ ਲਓਗੇ ਇਸ ਮਨ ਦੇ ਉੱਤੇ, ਇਸ ਸਰੀਰ ਦੇ ਉੱਤੇ ਦੁੱਖ ਟੱਚ ਨਹੀਂ ਕਰ ਸਕਣਗੇ। ਇਹ ਯਾਦ ਰੱਖਣਾ ਹੈ। ਫਿਰ ਖਿਆਲ ਕਰਨਾ, ਦੁੱਖ ਆਉਣੇ ਬੰਦ ਨਹੀਂ ਹੁੰਦੇ, ਦੁੱਖ ਆਉਣਗੇ, ਬਟ ਦੇ ਡੋਂਟ ਟੱਚ ਯੂ। ਤੁਹਾਨੂੰ ਉਹਦੀ ਰਿਅਲਾਈਜੇਸ਼ਨ ਨਹੀਂ ਹੋ ਪਾਏਗੀ। ਜੇ ਸਿੱਖ ਇਤਿਹਾਸ ਪੜ੍ਹ ਕੇ ਦੇਖੋ, ਬੰਦ ਬੰਦ ਕੱਟੇ ਗਏ, ਖੋਪਰੀ ਉਤਾਰ ਦਿੱਤੀ, ਮੁਖੋਂ ਸੀ ਨਹੀਂ ਉਚਾਰੀ। ਦੁੱਖ ਤਾਂ ਆਏ ਨੇ, ਪਰ ਉਹਨਾਂ ਦੀ ਬਾਡੀ ਨੂੰ, ਉਹਨਾਂ ਦੇ ਸਰੀਰ ਨੂੰ, ਉਹਨਾਂ ਦੇ ਮਨ ਨੂੰ, ਉਹਨਾਂ ਦੀ ਮਤ ਅਕਲ ਨੂੰ ਟੱਚ ਨਹੀਂ ਕਰ ਸਕੇ, ਚੜ੍ਹਦੀ ਕਲਾ ਵਿੱਚ ਨੇ। ਫਿਰ ਖਿਆਲ ਕਰਨਾ, ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਜਨ ਨੰਨੇ ਨੂੰ ਔਂਕੜ ਨਹੀਂ ਹੈ, ਪਰ ਉਹਦੇ ਪਹਿਲਾਂ ਸੱਸੇ ਨੂੰ ਔਂਕੜ ਲੱਗੀ ਹੈ, ਇਸ ਕਰਕੇ ਜਨ ਦਾ ਔਂਕੜ ਰਿਮੂਵ ਹੋ ਗਿਆ ਹੈ। ਸਤਿਗੁਰੂ ਅੱਗੇ ਬਖਸ਼ਿਸ਼ ਕਰ ਰਹੇ ਹਨ, ਨਾਨਕ ਸਗਲੇ ਦੋਖ ਉਤਾਰੇ ਹਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਹੁਣ ਅਸੀਂ ਸਮਝਾਂਗੇ ਪਾਰ ਬ੍ਰਹਮ ਕਿਸ ਨੂੰ ਕਹਿ ਰਹੇ ਨੇ, ਕੌਣ ਹੈ, ਕਿਉਂਕਿ ਹੁਣੇ ਅਸੀਂ ਪੜ੍ਹਿਆ ਸੀ ਪਾਰ ਬ੍ਰਹਮ ਕੀ ਜਿਸ ਮਨ ਭੂਖ। ਪਰਮੇਸ਼ਰ ਬਾਰੇ ਥੋੜਾ ਜਿਹਾ ਜਾਣੀਏ। ਨਾਨਕ ਸਗਲੇ ਦੋਖ ਉਤਾਰਿਅਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਹੁਣ ਇੱਕ ਗੱਲ ਸਮਝ ਆਈ, ਪਰਮੇਸ਼ਰ ਬਖਸ਼ਿੰਦ ਹੈ, ਪਰਮੇਸ਼ਰ ਦਇਆਲ ਹੈ, ਉਹ ਹਰ ਵੇਲੇ ਸਾਰਿਆਂ ਤੇ ਬਖਸ਼ਿਸ਼ ਕਰਦਾ ਹੈ ਤੇ ਸਾਰਿਆਂ ਦੇ ਦੁੱਖ ਦੂਰ ਕਰਦਾ ਹੈ। ਸਗਲੇ ਸਾਰੇ ਦੇ ਸਾਰੇ ਮੇਰੇ ਈਵਲ ਦੂਰ ਕਰਨ ਦੇ ਕੈਪੇਬਲ ਹੈ। ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀ। ਚਰਨ ਭਜੇ, ਹੁਣ ਪਰਮੇਸ਼ਰ ਤਾਂ ਸਰੀਰਕ ਹੋਂਦ ਵਿੱਚ ਨਹੀਂ ਹੈ, ਤਾਂ ਉਹਦੇ ਚਰਨ ਕਿਹੜੇ ਹੋਏ? ਪਰਮੇਸ਼ਰ ਦੇ ਗੁਣ, ਐਟਰੀਬਿਊਟਸ ਆਫ ਦਾ ਗੋਡ, ਕੁਆਲਿਟੀਜ਼ ਆਫ ਦਾ ਗੋਡ, ਇਹ ਉਹਦੇ ਚਰਨ ਹਨ। ਸਭ ਜਪ ਤਪ ਤਿਨ ਹੀ ਕੀ, ਭਾਵ ਜਪ ਤਪ ਹੋਰ ਸਾਰੇ ਕੰਮ ਪਰਮੇਸ਼ਰ ਦੇ ਗੁਣਾਂ ਨੂੰ ਧਾਰਨ ਕਰਨ ਵਿੱਚ ਹੈ। ਭਾਵ ਜਿਹਨੇ ਪਰਮੇਸ਼ਰ ਦੇ ਗੁਣ ਧਾਰਨ ਕਰ ਲਏ, ਉਹਨੇ ਜਪ ਵੀ ਕਰ ਲਿਆ, ਉਹਨੇ ਤਪ ਵੀ ਕਰ ਲਿਆ, ਹੋਰ ਕਰਮ ਇਹਦੇ ਵਿੱਚ ਆ ਜਾਂਦੇ ਹਨ। ਸ਼ਰਨ ਆਵੇ ਪਾਰ ਬ੍ਰਹਮ ਕੀ, ਤਾਂ ਫਿਰ ਕਾਹੇ ਚੂਰੇ। ਚੂਰੇ ਮੀਨਸ ਪਰੇਸ਼ਾਨ ਹੋਣਾ, ਮੱਥੇ ਤੇ ਤਿਉੜੀ ਪਾ ਕੇ ਖਿਜਦੇ ਰਹਿਣਾ। ਪਰ ਜਿਹੜਾ ਮਨੁੱਖ ਸ਼ਰਨ ਆਵੇ, ਜਿਹੜਾ ਪਰਮੇਸ਼ਰ ਪਾਰ ਬ੍ਰਹਮ ਦੀ ਕਲਾਸ ਵਿੱਚ ਆ ਕੇ ਬਹਿ ਜਾਂਦਾ, ਉਹਨਾਂ ਗੱਲਾਂ ਕਰਦਾ ਹੈ, ਫਿਰ ਉਹ ਚੂਰਦਾ ਨਹੀਂ ਹੈ,
ਫਿਰ ਉਹ ਮੌਜ ਵਿੱਚ ਆਉਂਦਾ ਹੈ, ਆਨੰਦ ਵਿੱਚ ਆਉਂਦਾ ਹੈ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ। ਹੁਣ ਜਦੋਂ ਇਹ ਕਿਰਪਾਲ ਪਰਮੇਸ਼ਰ ਬਖਸ਼ਿਸ਼ ਕਰਦਾ ਹੈ ਮੇਰਾ ਆਵਣ ਜਾਣਾ, ਸਰੀਰ ਦਾ ਨਹੀਂ ਮੇਰੇ ਮਨ ਦਾ ਆਵਣ ਜਾਣਾ ਖਤਮ ਹੋ ਗਿਆ ਹੈ। ਮੇਰਾ ਮਨ ਕਦੇ ਬਾਹਰ ਪੈਂਦਾ ਸੀ, ਕਦੇ ਅੰਦਰ ਆ ਜਾਂਦਾ ਸੀ, ਹੁਣ ਬਾਹਰ ਨਹੀਂ ਪੈਂਦਾ, ਅੰਦਰ ਆ ਕੇ ਟਿਕ ਗਿਆ ਹੈ। ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ। ਤੇ ਇਹ ਸਿਸਟਮ ਕਿਵੇਂ ਬਣਿਆ? ਗੁਰਮਿਲ, ਗੁਰੂ ਨੂੰ ਮਿਲ ਕੇ, ਗੁਰੂ ਦੀ ਸੰਗਤ ਦੇ ਵਿੱਚ, ਗੁਰੂ ਦੀ ਬਾਣੀ ਦੇ ਰਾਹੀਂ ਨਾਨਕ ਜੀ ਆਖਦੇ ਨੇ ਮੈਂ ਉਸ ਪਾਰ ਬ੍ਰਹਮ ਨੂੰ ਪਛਾਣ ਲਿਆ ਹੈ। ਮੈਂ ਅੱਜ ਹੀ ਕੈਂਪ ਦੇ ਅੰਦਰ ਬੱਚਿਆਂ ਨਾਲ ਗੱਲ ਕਰ ਰਿਹਾ ਸਾਂ। ਦੇਖੋ, ਮੈਂ ਜੇ ਮੈਥ ਦੇ ਟੀਚਰ ਕੋਲ ਬੈਠਦਾ ਹਾਂ, ਉਹ ਮੈਨੂੰ ਮੈਥ ਸਿਖਾ ਦਿੰਦਾ ਹੈ, ਮੈਥ ਦੇ ਨਾਲ ਮੇਰੀ ਜਾਣ ਪਛਾਣ ਕਰਾ ਦਿੰਦਾ ਹੈ। ਜੇ ਮੈਂ ਬਾਇਓਲੋਜੀ ਦੇ ਟੀਚਰ ਕੋਲ ਬੈਠਦਾ ਹਾਂ, ਤਾਂ ਉਹ ਬਾਇਓਲੋਜੀ ਦਾ ਟੀਚਰ ਮੈਨੂੰ ਬਾਇਓਲੋਜੀ ਦੇ ਸਾਰੇ ਪੱਖ ਸਮਝਾ ਦਿੰਦਾ ਹੈ, ਜਾਣੂ ਕਰਾ ਦਿੰਦਾ ਹੈ। ਤੇ ਜੇ ਮੈਂ ਗੁਰੂ ਨੂੰ ਮਿਲਦਾ ਹਾਂ, ਤੇ ਮੇਰਾ ਸਤਿਗੁਰੂ ਨਾਲ ਮਿਲਾਪ ਹੁੰਦਾ ਹੈ। ਨਾਨਕ ਜੀ ਕਹਿੰਦੇ ਨੇ ਉਹ ਗੁਰੂ ਆਪਣੀ ਸਿੱਖਿਆ ਦੇ ਰਾਹੀਂ ਮੈਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਇੰਟਰੋਡਿਊਸ ਕਰਾ ਦਿੰਦਾ ਹੈ, ਮੇਰੀ ਪਛਾਣ ਕਰਾ ਦਿੰਦਾ ਹੈ, ਮੈਨੂੰ ਉਹਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਸਤਿਗੁਰੂ ਆਪ ਪਰਮੇਸ਼ਰ ਨਾਲ ਇੱਕਮਿਕ ਹੈ, ਉਹ ਜਿਹਾ ਹੈ। ਅਸ਼ਟਪਦੀ ਦਾ ਅਗਲਾ ਬੰਦ ਹੈ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਦੁਲਾਵੈ। ਮਨ ਚਿਤ, ਮਨ ਔਰ ਚਿਤ ਬਹੁਤ ਸਾਦਾ ਸੇਮ ਸਿਨੋਨੀਮਸ ਵਰਡ, ਦੋਨਾਂ ਨੂੰ ਹੁਸ਼ਿਆਰੀ ਲੱਗੀ ਹੈ, ਨੰਨੇ ਨੂੰ ਵੀ ਤੱਤੇ ਨੂੰ। ਮਨ ਦੇ ਵਿੱਚ, ਚਿੱਤ ਦੇ ਅੰਦਰ, ਹਿਰਦੇ ਦੇ ਅੰਦਰ, ਕਹਿੰਦੇ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਜਿਸ ਮਨ ਵਿੱਚ ਪਰਮੇਸ਼ਰ ਦੀ ਯਾਦ ਹੈ, ਜਿਸ ਹਿਰਦੇ ਦੇ ਅੰਦਰ, ਚਿੱਤ ਦੇ ਅੰਦਰ ਪਰਮੇਸ਼ਰ ਦੇ ਗੁਣ ਮੌਜੂਦ ਨੇ, ਸੋ ਦੈਟ ਵਨ ਸੰਤ ਤੱਤੇ ਨੂੰ ਔਂਕੜ ਹੈ, ਦਾ ਪਰਟੀਕੁਲਰ ਪਰਸਨ ਹੂ ਅਡਾਪਟ ਦਾ ਐਟਰੀਬਿਊਟਸ ਆਫ ਦਾ ਗੋਡ ਬਾਈ ਦਾ ਮਾਇੰਡ, ਬਾਈ ਦਾ ਬ੍ਰੇਨ, ਆਲ ਓਵਰ ਦਾ ਲਾਈਫ ਸੁਹੇਲਾ। ਉਹਦਾ ਮਨ ਸੋਹਣਾ ਬਣ ਜਾਂਦਾ ਹੈ, ਉਹਦਾ ਮਨ ਖੁਸ਼ੀ ਖੇੜੇ ਮੌਜ ਵਿੱਚ ਆ ਜਾਂਦਾ ਹੈ, ਨਹੀਂ ਦੁਲਾਵਾ, ਉਹਦਾ ਮਨ ਡੋਲਦਾ ਨਹੀਂ ਹੈ, ਇਕਾਗਰ ਹੋ ਗਿਆ ਹੈ, ਮਨ ਨੂੰ ਟਿਕਾਅ ਮਿਲ ਗਿਆ ਹੈ। ਕਿਉਂ? ਉਸਨੇ ਆਪਣੇ ਮਨ ਚਿੱਤ ਬੁੱਧ ਦੇ ਅੰਦਰ ਪਰਮੇਸ਼ਰ ਦਾ ਨਾਮ ਗੁਣ ਪੱਕਾ ਕਰ ਲਿਆ ਹੈ। ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸੇ ਡਰੈ। ਬਹੁਤ ਕਮਾਲ ਦੀ ਵਿਚਾਰ ਸਤਿਗੁਰੂ, ਕਿਰਪਾ ਕਰੈ। ਅਸੀਂ ਇਸ ਸ਼ਬਦ ਨੂੰ ਬੜਾ ਮਿਸਯੂਜ਼ ਕਰਦੇ ਹਾਂ, ਕਿਰਪਾ, ਦਇਆਲ, ਗ੍ਰੇਸ ਤੇ ਬਹੁਤ ਸਾਰੇ ਵਰਡ ਆਉਣਗੇ, ਤੇ ਅਸੀਂ ਆਪਣੇ ਆਲਸ ਨੂੰ ਛੁਪਾਉਣ ਵਾਸਤੇ ਕਹਿ ਦਿੰਦੇ ਹਾਂ ਬਹੁਤ ਸਾਰੇ, ਰੱਬ ਕਿਰਪਾ ਕਰੇਗਾ ਤੇ ਨਾਮ ਜਪਾਂਗੇ, ਰੱਬ ਦਇਆਲ ਹੋਏਗਾ ਤੇ ਮੈਂ ਗੁਰਦੁਆਰੇ ਜਾਵਾਂਗਾ, ਉਹਦੀ ਬਖਸ਼ਿਸ਼ ਹੋਵੇਗੀ ਤਾਂ ਮੈਂ ਕੰਡੇ ਬਾਟੇ ਦੀ ਪੌਲ ਛਕ ਲਵਾਂਗਾ। ਉੱਥੇ ਮੈਂ ਆਪਣੇ ਆਲਸ ਨੂੰ ਛੁਪਾ ਰਿਹਾ ਹਾਂ, ਮੇਰਾ ਮਨ ਸ਼ਰਾਬ ਛੱਡਣ ਨੂੰ ਚਿੱਤ ਨਹੀਂ ਕਰਦਾ, ਇਸ ਕਰਕੇ ਮੈਂ ਖੰਡੇ ਬਾਟੇ ਦੀ ਪੌਲ ਨਹੀਂ ਲੈਂਦਾ।
ਮੇਰਾ ਸੱਚ ਬੋਲਣ ਨੂੰ ਚਿੱਤ ਨਹੀਂ ਕਰਦਾ, ਇਸ ਕਰਕੇ ਮੈਂ ਖੰਡੇ ਬਾਟੇ ਦੀ ਪੋਲ ਨਹੀਂ ਛੱਡਦਾ, ਤੇ ਸਾਰਾ ਬਲੇਮ ਰੱਬ ਤੇ ਕਰ ਦਿੰਦਾ, ਕਿਰਪਾ ਕਰੇਗਾ, ਐਸਾ ਨਹੀਂ। ਦੋ ਤਿੰਨ ਚੀਜ਼ਾਂ ਐਗਜ਼ਾਮਪਲ ਨਾਲ ਸਮਝਾਂਗੇ। ਯੂ ਆਲ ਆਰ ਦਾ ਲਿਟਰੇਟ ਪਰਸਨ, ਸਾਰੇ ਪੜ੍ਹੇ ਲਿਖੇ ਐਜੂਕੇਟਿਡ ਹੋ, ਸਕੂਲ ਦੇ ਅੰਦਰ, ਕਲਾਸ ਦੇ ਅੰਦਰ, ਯੂਨੀਵਰਸਿਟੀ ਦੇ ਅੰਦਰ ਇੱਕ ਟੀਚਰ ਤੁਹਾਡੇ ਤੇ ਕਿਰਪਾ ਕਿਵੇਂ ਕਰਦਾ ਸੀ? ਡੂ ਯੂ ਰਿਮੈਂਬਰ ਦੈਟ? ਉਹ ਕਿਸੇ ਸਟੂਡੈਂਟ ਤੇ ਕੋਈ ਵੱਖਰੀ ਕਿਰਪਾ ਨਹੀਂ ਕਰਦਾ, ਸਾਰਿਆਂ ਨੂੰ ਇੱਕੋ ਜਿਹਾ ਪੜ੍ਹਾਉਂਦਾ ਹੈ। ਮਾਂ ਪਿਓ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਦਿੰਦੇ ਨੇ, ਤੇ ਉਹ ਪਰਮੇਸ਼ਰ ਸਾਰਿਆਂ ਤੋਂ ਇੱਕੋ ਜਿਹੀ ਨਜ਼ਰ ਦੇ ਨਾਲ ਦੇਖਦਾ ਹੈ। ਥਾਊਜ਼ੈਂਡ ਆਫ ਐਗਜ਼ਾਮਪਲ ਗੁਰਬਾਣੀ ਵਿੱਚ ਮਿਲ ਜਾਣ, ਉਹਦੀ ਕਿਰਪਾ ਲੈਣੀ ਹੈ, ਉਹਦੇ ਕਿਰਪਾ ਦਾ ਪਾਤਰ ਬਣਨਾ ਹੈ। ਇਹਨੂੰ ਅੱਗੇ ਜਾ ਕੇ ਬਾਣੀ ਰਾਹੀਂ ਹੋਰ ਸਮਝਾਂਗੇ। ਸੋ ਸੇਵਕ ਕਹੋ ਕਿਸ ਤੇ ਡਰ, ਉਹ ਸੇਵਕ ਗੁਰੂ ਦਾ ਸਿੱਖ ਜਦੋਂ ਪਰਮੇਸ਼ਰ ਨਾਲ ਇੱਕਮਿਕ ਹੈ, ਉਹਦੀ ਕਿਰਪਾ ਦਾ ਪਾਤਰ ਬਣ ਗਿਆ ਹੈ, ਉਹ ਨਿਰਭਉ ਬਣ ਗਿਆ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਉਹ ਫੀਅਰਲੈਸ ਹੋ ਗਿਆ ਹੈ, ਉਹ ਗੁਣ ਉਹਦੇ ਮਨ ਵਿੱਚ ਆ ਗਿਆ ਹੈ, ਉਹਦੇ ਜੀਵਨ ਵਿੱਚ ਆ ਗਿਆ। ਸਤਿਗੁਰੂ ਇਸ ਗੱਲ ਨੂੰ ਅੱਗੇ ਹੋਰ ਸਮਝਾਉਣਾ ਕਰ ਦਿੰਦੇ। ਪਹਿਲਾਂ ਸਮਝਾਂਗੇ ਮਨ ਔਰ ਚਿੱਤ ਦੇ ਬਾਰੇ। ਜੋ ਮਨ ਚਿੱਤ ਤੁਧ ਧਿਆਇਂ ਦੇ, ਮੇਰੇ ਸੱਚਿਆ ਬਲ ਬਲ ਹਉ ਤਿੰਨ ਜਾਤੀ। ਨਾਨਕ ਜੀ ਆਖਦੇ ਨੇ ਜਿਹੜੇ ਮਨ ਕਰਕੇ, ਚਿੱਤ ਬੁੱਧ ਹਿਰਦੈ ਕਰਕੇ ਤੈਨੂੰ ਯਾਦ ਕਰਦੇ ਨੇ, ਤੇਰੇ ਵੱਲ, ਤੇਰੇ ਗੁਣਾਂ ਵੱਲ ਧਿਆਨ ਕਰਦੇ ਨੇ, ਓਏ ਮੇਰੇ ਸੱਚੇ ਮਾਲਕਾ, ਮੈਂ ਉਹਨਾਂ ਤੋਂ ਬਾਰ ਬਾਰ ਕੁਰਬਾਨ ਜਾਂਦਾ ਹਾਂ, ਵਾਰੇ ਵਾਰੇ ਜਾਂਦਾ। ਜੋ ਤੁਧ ਸਤ ਧਿਆਇਂ ਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਅੜਾ ਦੇ, ਤਿਨਕੀ ਬਰਕਤ ਖਾਏ ਅਸੰਖ ਕਰੋੜੇ। ਜਿਹੜੇ ਉਸ ਪਰਮੇਸ਼ਰ ਦੇ ਗੁਣ ਨੂੰ ਆਪਣੇ ਮਨ ਚਿੱਤ ਬੁੱਧ ਦੇ ਅੰਦਰ ਉਹਦੀ ਆਰਾਧਨਾ ਕਰਦੇ ਨੇ, ਉਹਦੇ ਵੱਲ ਧਿਆਨ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ, ਉਹਦੀ ਬੰਦਗੀ ਕਰਦੇ ਨੇ, ਕਹਿੰਦੇ ਹਨ ਉਹਨਾਂ ਦੀ ਬਰਕਤ ਦੇ ਨਾਲ, ਉਹਨਾਂ ਦੇ ਜੀਵਨ ਦੇ ਨਾਲ, ਉਹਨਾਂ ਦੇ ਸਰੀਰ ਮਨ ਕਰਕੇ ਕਈ ਹੋਰ ਵੀ ਤਰ ਜਾਂਦੇ ਹਨ। ਤੁਧਨੋ ਸਭ ਧਿਆਏ ਵੀ ਸੇ ਥਾਏ ਪਏ, ਜੋ ਸਾਹਿਬ ਲੋੜੇ। ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ। ਜਦੋਂ ਕੋਈ ਵੀ ਮਨ ਕਿਸੇ ਵੱਲ ਕੋਈ ਫੁਰਨਾ, ਕੋਈ ਵਲੋਲਾ ਆਉਂਦਾ ਹੈ ਨਾ, ਤੇ ਉਹ ਮਨ ਜੋ ਹੈ ਉਸ ਫੁਰਨੇ ਨੂੰ, ਉਸ ਵਲਵਲੇ ਨੂੰ, ਉਸ ਥਾਟ ਨੂੰ ਬ੍ਰੇਨ ਅਕਲ ਦੇ ਵਿੱਚ ਭੇਜਦਾ ਹੈ, ਤੇ ਉਹ ਮੇਰੀ ਮਤ ਅਕਲ ਜੋ ਹੈ ਉਹਨੂੰ ਕਰਨ ਵਾਸਤੇ ਗਾਈਡਲਾਈਨ ਦਿੰਦੀ ਹੈ। ਜੋ ਹਰ ਨਾਮ ਤੇ ਆਏ, ਹੁਣ ਮੇਰੇ ਮਨ ਵਿੱਚ ਆਇਆ ਵੀ ਮੈਂ ਰੱਬੀ ਗੁਣ ਧਾਰਨ ਕਰਨੇ ਨੇ, ਮਨ ਵਿੱਚ ਫੁਰਨਾ ਆਇਆ, ਇਹ ਫੁਰਨਾ ਮੇਰੇ ਦਿਮਾਗ ਵਿੱਚ ਜਾਵੇਗਾ, ਤੇ ਮੇਰਾ ਦਿਮਾਗ, ਮੇਰੀ ਮਤ ਜੋ ਗੁਰੂ ਨਾਲ ਜੁੜੀ ਹੋਵੇਗੀ ਤਾਂ ਉਹ ਮੇਰੇ ਸਰੀਰ ਦੇ ਆਰਗਨ ਨੂੰ ਇੰਸਟਰਕਸ਼ਨ ਕਰੇਗੀ, ਮੇਰੇ ਹੱਥਾਂ ਨੂੰ ਸੇਵਾ ਕਰਨ ਦੀ ਜਾਚ ਸਿਖਾਏਗੀ, ਮੇਰੀ ਰਸਨਾ ਜ਼ੁਬਾਨ ਦੇ ਉੱਪਰ ਪਰਮੇਸ਼ਰ ਦੇ ਗੁਣ ਆਉਣਗੇ, ਮੈਂ ਨਿੰਦਾ ਚੁਗਲੀ ਛੱਡ ਕੇ
ਹੁਣ ਰੱਬ ਦੀ ਬੰਦਗੀ ਸੁਣਾਂਗਾ, ਮੇਰੇ ਪੈਰ ਚੰਗੇ ਪਾਸੇ ਜਾਣਗੇ। ਇਸ ਸਿਸਟਮ ਨੂੰ ਬੜੇ ਧਿਆਨ ਨਾਲ ਸਮਝਣਾ ਪਵੇਗਾ, ਇਹ ਬਹੁਤ ਵੱਡਾ ਸੋਹਣਾ ਕਮਾਲ ਦਾ ਪ੍ਰੋਸੈਸ ਹੈ। ਤੇ ਇਉਂ ਕਰਦਿਆਂ ਕਰਦਿਆਂ ਵਟ ਹੈਪਨ, ਸੇ ਹਰ ਹਰ ਨਾਮ ਰਤੇ ਮਨ ਮਾਹੀ, ਉਹ ਮਨ ਦੇ ਵਿੱਚ ਉਸ ਪਰਮੇਸ਼ਰ ਦੇ ਨਾਮ ਗੁਣ ਵਿੱਚ ਰਤੇ ਗਏ ਹਨ, ਇਕਮਿਕ ਹੋ ਗਏ ਹਨ, ਮਰਜ ਹੋ ਗਏ ਹਨ। ਜਿੰਨਾ ਮਨ ਚਿਤ ਇੱਕ ਅਰਾਧਿਆ, ਤਿੰਨਾ ਇੱਕਸ ਬਿਨ ਦੂਜਾ ਕੋ ਨਾਹੀ। ਜਦੋਂ ਜਿਨ੍ਹਾਂ ਨੇ ਮਨ ਚਿਤ ਬੁੱਧ ਕਰਕੇ ਉਸ ਪਰਮੇਸ਼ਰ ਦੀ ਆਰਾਧਨਾ ਕੀਤੀ, ਉਹਦੇ ਗੁਣ ਇਕੱਠੇ ਕੀਤੇ, ਹੁਣ ਇੱਕ ਪਰਮੇਸ਼ਰ ਤੋਂ ਇਲਾਵਾ ਹੋਰ ਦੂਜਾ ਤੀਜਾ ਚੌਥਾ ਕੋਈ ਉਹਨਾਂ ਦੇ ਮਨ ਵਿੱਚ ਨਹੀਂ ਆਉਂਦਾ ਹੈ। ਤਿਨਕੇ ਪਾਪ ਦੋਖ ਸਭ ਬਿਨ ਸੇ, ਜਿਨ ਮਨ ਚਿਤ ਇੱਕ ਅਰਾਧਿਆ। ਦੇਖੋ ਬਾਰ ਬਾਰ ਸਤਿਗੁਰੂ ਅਵੇਅਰ ਕਰ ਰਹੇ ਨੇ ਗੁਰਬਾਣੀ ਨੂੰ, ਜਿਨ੍ਹਾਂ ਨੇ ਨੰਨਾ ਮੁਕਤਾ ਹੈ, ਬਹੁਵਚਨ ਹੈ, ਜਿਨ੍ਹਾਂ ਨੇ ਆਪਣੇ ਮਨ ਚਿੱਤ ਦੇ ਵਿੱਚ ਇੱਕ ਅਕਾਲ ਪੁਰਖ ਦੀ ਆਰਾਧਨਾ ਕੀਤੀ, ਉਹਦੇ ਗੁਣ ਇੱਕ ਓਅੰਕਾਰ ਹੋਰ ਗੁਣਾਂ ਨੂੰ ਧਾਰਨ ਕੀਤਾ, ਉਹਨਾਂ ਦੇ ਸਾਰੇ ਪਾਪ ਦੋਖ ਵਿਕਾਰ ਈਵਲ ਬਿਨ ਸੇ ਨਾਸ਼ ਹੋ ਗਏ। ਜੋ ਮਨ ਚਿਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਜਿਹੜੇ ਉਸ ਪ੍ਰਭੂ ਨੂੰ ਮਨ ਚਿਤ ਕਰਕੇ ਨਹੀਂ ਯਾਦ ਕਰਦੇ, ਉਸ ਪਰਮੇਸ਼ਰ ਦੀ ਮਾਰ ਦਾ ਸਾਹਮਣਾ ਕਰਦੇ ਹਨ, ਉਹਨਾਂ ਦੇ ਜੀਵਨ ਵਿੱਚੋਂ ਗੁਣਾਂ ਦੀ ਅਣਹੋਂਦ ਹੋ ਜਾਂਦੀ ਹੈ। ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸਤੇ ਡਰੇ, ਸ਼ਰਨ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾ। ਕਿਰਪਾ ਕਰੇ, ਕਿਰਪਾ ਕਿਵੇਂ ਹੁੰਦੀ ਹੈ, ਇਹਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਾਂਗੇ, ਇਹ ਇੱਕ ਡੂੰਘਾ ਵੱਖਰਾ ਵਿਸ਼ਾ ਹੈ। ਸਤਿਗੁਰ ਕੈ ਉਪਦੇਸਿਆ ਬਿਨਸੇ ਸਰਵ ਜੰਜਾਲ, ਸ਼ਰਨ ਪਏ। ਹੁਣ ਉਹਦੀ ਕਿਰਪਾ ਲੈਣ ਦਾ ਢੰਗ ਸਮਝ ਲਓ। ਅਗੇਨ ਮੈਂ ਫਿਰ ਕਹਿੰਦਾ, ਜੇ ਮੈਥ ਸਿੱਖਣਾ ਹੋਵੇ ਤਾਂ ਟੀਚਰ ਦੀ ਕਿਰਪਾ ਕਿਵੇਂ ਹੋਏਗੀ, ਮੈਂ ਉਹਦੀ ਕਲਾਸ ਵਿੱਚ ਬੈਠਾਂਗਾ ਤਾਂ ਮੈਨੂੰ ਮੈਥ ਸਮਝ ਆਏਗਾ। ਜੇ ਮੈਂ ਉਸ ਪਰਮੇਸ਼ਰ ਦੀ ਕਿਰਪਾ ਲੈਣੀ ਹੈ, ਸ਼ਰਨ ਪਏ ਪ੍ਰਭ ਆਪਣੇ, ਪਹਿਲਾਂ ਤਾਂ ਰੱਬ ਨੂੰ ਆਪਣਾ ਸਮਝੋ, ਮੇਰਾ ਹੈ। ਜਦੋਂ ਤੱਕ ਮੈਂ ਆਪਣਾ ਨਹੀਂ ਕਹਿੰਦਾ, ਮੇਰਾ ਰਿਸ਼ਤਾ ਨਹੀਂ ਬਣਦਾ, ਮੇਰਾ ਪਿਆਰ ਨਹੀਂ ਬਣਦਾ। ਮੇਰਾ ਪੁੱਤਰ, ਮੇਰੀ ਧੀ ਕਹਿੰਦੇ ਆ ਨਾ, ਪਰ ਗੁਆਂਢੀਆਂ ਦੇ ਮੁੰਡੇ ਨੂੰ ਆਪਣਾ ਨਹੀਂ ਕਹਿੰਦੇ। ਇਸ ਤਰ੍ਹਾਂ ਪਰਮੇਸ਼ਰ ਨੂੰ ਆਪਣਾ ਪਹਿਲਾਂ ਆਖੋ, ਫਿਰ ਸਾਂਝ ਬਣੇਗੀ, ਫਿਰ ਰਿਸ਼ਤਾ ਬਣੇਗਾ, ਤਾਂ ਫਿਰ ਸ਼ਰਨ ਪਏ ਪ੍ਰਭ। ਹੁਣ ਉਹਦੀ ਕਲਾਸ ਵਿੱਚ ਆਉਣਾ ਹੈ, ਆਪਣਾ ਆਪ ਸਰੰਡਰ ਕਰ ਦੇਣਾ ਹੈ, ਆਪਣਾ ਆਪ ਛੱਡ ਦੇਣਾ ਹੈ, ਤੇ ਜੋ ਪ੍ਰਭ ਆਖੇਗਾ ਉਹ ਮੰਨਣਾ ਹੈ। ਸਤਿਗੁਰ ਕੈ ਉਪਦੇਸਿਆ ਬਿਨਸੇ ਸਰਬ ਜੰਜਾਲ, ਸਤਿਗੁਰੂ ਦੇ ਉਪਦੇਸ਼ ਦੇ ਨਾਲ, ਸਿੱਖਿਆ ਦੇ ਨਾਲ ਪਰਮੇਸ਼ਰ ਨਾਲ ਸਾਂਝ ਬਣਦੀ ਹੈ। ਪਰਮੇਸ਼ਰ ਦੇ ਗੁਣ ਮੈਂ ਧਾਰਨ ਕਰਦਾ ਹਾਂ, ਤੇ ਜਿਹਦਾ ਸਦਕਾ ਮੇਰੇ ਜੰਜਾਲ, ਮੇਰੀਆਂ ਜੰਜੀਰਾਂ, ਮੇਰੇ ਈਵਲ ਵਿਕਾਰਾਂ ਤੋਂ ਮੁਕਤੀ ਹੋ ਜਾਂਦੀ ਹੈ, ਇਹ ਸਾਰੇ ਬਿੰਸ ਜਾਂਦੇ ਹਨ। ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ,
ਮੇਰੇ ਸਤਿਗੁਰ ਸੇਵਾ ਸਾਰ। ਇਹ ਇੱਕੋ ਸ਼ਬਦ ਹੈ, ਇਹਦੇ ਦਿਆਲਤਾ ਕਿਰਪਾ ਦੀ ਗੱਲ ਸਾਰੀ ਸਮਝ ਆਵੇਗੀ। ਗੁਰੂ ਕਿਰਪਾ ਕਿਵੇਂ ਕਰਦਾ ਹੈ, ਪਰਮੇਸ਼ਰ ਦਿਆਲ ਕਿਵੇਂ ਹੁੰਦਾ। ਮਨ ਮੇਰੇ ਸਤਿਗੁਰ ਸੇਵਾ ਸਾਰ, ਸਤਿਗੁਰੂ ਦਾ ਲੈਸਨ ਦੇਣਾ ਉਹਦੀ ਸੇਵਾ ਹੈ, ਸਤਿਗੁਰੂ ਸੇਵਾ ਉਹਦੇ ਸ਼ਬਦ ਦੀ ਵਿਚਾਰ ਹੈ। ਤੇ ਮਨ ਨੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਹੈ, ਸਾਰ ਲੈਣੀ ਹੈ, ਪਛਾਣਨਾ ਹੈ। ਤੇ ਫਿਰ ਜਦੋਂ ਮੈਂ ਐਸਾ ਕਰਾਂਗਾ, ਸਤਿਗੁਰੂ ਕੀ ਕਰਦਾ ਹੈ, ਮੈਨੂੰ ਰੱਬ ਨਾਲ ਮਿਲਾ ਦਿੰਦਾ ਹੈ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਕ ਨਾ ਮਨੋਂ ਵਿਸਾਰ। ਤੇ ਹੁਣ ਪਰਮੇਸ਼ਰ ਦੇ ਨਾਲ ਸਾਂਝ ਬਣ ਗਈ ਸਤਿਗੁਰੂ ਦੀ ਸਿੱਖਿਆ ਦੁਆਰਾ। ਤੇ ਹੁਣ ਪਰਮੇਸ਼ਰ ਹੋਰ ਕਿਰਪਾ ਕਰਕੇ, ਇੱਕ ਨਿਮਕ ਨਾ ਮਨੋਂ ਵਿਸਾਰ, ਉਹ ਦਇਆ ਕਰਕੇ ਹੁਣ ਮੈਨੂੰ ਆਪਣੇ ਤੋਂ ਦੂਰ ਨਹੀਂ ਕਰਦਾ। ਗੁਣ ਗੋਵਿੰਦ ਨਿਤ ਗਾਵੀਐ ਔਗੁਣ ਕੱਟਣਹਾਰ। ਇਹ ਸਾਰਾ ਇੱਕੋ ਸ਼ਬਦ ਬੜਾ ਸੋਹਣਾ ਪ੍ਰੋਸੈਸ ਨਾਲ ਇੱਕ ਇੱਕ ਗੱਲ ਸਮਝਾ ਰਹੇ ਨੇ। ਹੁਣ ਗੁਣ ਗੋਵਿੰਦ ਰੋਜ਼ ਗਾਉਂਦਾ ਹਾਂ, ਹਰ ਵੇਲੇ ਉਠਤ ਬੈਠਤ, ਤੇ ਉਹ ਔਗਣ ਕੱਟਣਹਾਰ ਪਰਮੇਸ਼ਰ ਉਹਨਾਂ ਨਾਲ ਜੁੜਿਆ ਰਹਿੰਦਾ ਹਾਂ। ਜਿਸਨੋ ਕਿਰਪਾ ਕਰੇ ਗੁਰ ਮੇਲੇ, ਸੋ ਹਰ ਹਰ ਨਾਮ ਧਮਾਲ। ਇਹ ਟ੍ਰੈਂਗਲ ਮੈਂ ਬਾਰ ਬਾਰ ਰਿਵਾਈਜ਼ ਕਰਦਾ। ਪਰਮੇਸ਼ਰ ਰੱਬ ਜੀ ਮੇਰੇ ਕਿਸੇ ਚੰਗੇ ਕਰਮ ਕਰਕੇ ਮੈਨੂੰ ਸੱਚੇ ਗੁਰੂ ਸਤਿਗੁਰੂ ਨਾਲ ਮਿਲਾ ਦਿੰਦਾ ਹੈ। ਸੱਚਾ ਗੁਰੂ ਸਤਿਗੁਰੂ ਆਪਣੀ ਸਿੱਖਿਆ, ਆਪਣਾ ਲੈਸਨ, ਆਪਣੀ ਟੀਚਿੰਗ ਦੇ ਕੇ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ, ਉਹਦੀ ਸੰਭਾਲ ਕਰਨ ਦੀ ਜਾਚ ਸਿਖਾ ਦਿੰਦਾ ਹੈ। ਜਿਸਨੂੰ ਕਿਰਪਾ ਕਰੇ ਗੁਰ ਮੇਲੇ, ਗੁਰੂ ਨਾਲ ਮਿਲਾਪ ਕਰਾ ਦਿੰਦਾ। ਦੀਨ ਦਿਆਲ ਸਦਾ ਕਿਰਪਾਲਾ, ਹਾਣ ਪਾਈ ਕਰਤਾਰੇ ਜੀਓ। ਦੀਨ ਦਿਆਲ ਸਦਾ ਕਿਰਪਾਲਾ, ਉਹ ਤਾਂ ਹਮੇਸ਼ਾ ਕਿਰਪਾਲੂ ਹੈ, ਹਮੇਸ਼ਾ ਦਿਆਲ ਹੈ। ਸੁਖਮਨੀ ਸਾਹਿਬ ਦੀ ਬਾਣੀ ਅਸੀਂ ਇੱਕ ਤਾਂ ਪੜ੍ਹਦੇ ਹਾਂ, ਸਦਾ 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 ਦਇਆ, 3 ਵਾਰੀ ਆਖਿਆ, ਹਮੇਸ਼ਾ 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 ਦਇਆਲ ਹੈ, 24/7 ਦਇਆਲ ਹੈ। ਹੁਣ ਕਿਰਪਾ ਗੁਰੂ ਦੇ ਰਾਹੀਂ ਮੈਂ ਲੈਣੀ ਹੈ। ਹਾਂ ਭਾਈ ਕਰਤਾਰੇ ਜੀਓ, ਅਗਲਾ ਪਦਾ ਹੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਨੇ ਆਪ ਸਮਾਇਆ। ਜਿਹੋ ਜਿਹਾ ਪਰਮੇਸ਼ਰ ਆਪ ਹੈ, ਤੈਸਾ ਦ੍ਰਿਸ਼ਟ ਆਇਆ, ਉਹ ਹੁਣ ਮੇਰੀ ਦ੍ਰਿਸ਼ਟੀ ਵਿੱਚ ਉਹੋ ਜਿਹਾ ਬਣ ਗਿਆ ਹੈ, ਕਿਉਂਕਿ ਮੈਂ ਉਹਦੇ ਗੁਨਾਹ ਕਰਕੇ ਉਹਦਾ ਵਰਗਾ ਬਣ ਰਿਹਾ ਹਾਂ। ਗੱਲ ਕਰਨਾ ਹੈ, ਜਿਹੋ ਜਿਹਾ ਹੈ ਮੈਨੂੰ ਉਹੋ ਜਿਹਾ ਹੁਣ ਨਜ਼ਰ ਆਉਂਦਾ ਹੈ, ਕਿਉਂਕਿ ਮੇਰੀ ਸੋਚ ਅੰਦਰ, ਮੇਰੇ ਮਨ ਚਿੱਤ ਦੇ ਅੰਦਰ ਉਹਦੇ ਗੁਣ ਵਸ ਗਏ ਨੇ। ਉਹ ਮੈਨੂੰ ਦਇਆਲੂ ਲੱਗਦਾ ਹੈ, ਉਹ ਮੈਨੂੰ ਕਿਰਪਾਲੂ ਲੱਗਦਾ ਹੈ, ਉਹ ਮੈਨੂੰ ਮਿੱਠ ਬੋਲਣਾ ਜੀ ਲੱਗਦਾ ਹੈ। ਆਪਣੇ ਕਾਰਜ ਮੈਂ ਆਪ ਸਮਾਇਆ, ਉਹ ਪਰਮੇਸ਼ਰ ਸਾਰਾ ਕੁਝ ਕਰਕੇ ਉਹਦੇ ਵਿੱਚ ਸਮਾਇਆ ਹੋਇਆ, ਉਹ ਮੈਨੂੰ ਬਣਾ ਕੇ ਮੇਰੇ ਅੰਦਰ ਵੀ ਸਮਾਇਆ ਹੋਇਆ, ਸਾਰੀ ਕੁਦਰਤ ਕਾਇਨਾਤ ਨੂੰ ਬਣਾ ਕੇ ਉਹਦੇ ਵਿੱਚ ਮੌਜੂਦ ਹੈ। ਤੇ ਹੁਣ ਮੈਨੂੰ ਹਰ ਤਰ੍ਹਾਂ ਨਜ਼ਰ ਆਉਂਦਾ, ਮੈਨੂੰ ਆਪਣੇ ਅੰਦਰੋਂ ਵੀ ਦ੍ਰਿਸ਼ਟੀ ਗੋਚਰ ਹੁੰਦਾ ਹੈ।
ਉਹਦੀ ਕੁਦਰਤ ਵਿੱਚੋਂ ਵੀ ਮੈਂ ਉਹਨੂੰ ਦੇਖਦਾ ਹਾਂ, ਦੂਜੇ ਇਨਸਾਨਾਂ ਵਿੱਚ ਵੀ ਮੈਂ ਉਹਨੂੰ ਦੇਖਦਾ ਹਾਂ। ਤੇ ਜਦੋਂ ਸਾਰੀ ਥਾਂ ਮੈਂ ਉਹਨੂੰ ਦੇਖਦਾ ਹਾਂ, ਮੈਂ ਕਿਸੇ ਨੂੰ ਨਫ਼ਰਤ ਨਹੀਂ ਕਰਦਾ, ਮੈਂ ਜੈਲਸ ਨਹੀਂ ਕਰਦਾ, ਮੈਂ ਕਿਸੇ ਨੂੰ ਹੇਟ ਨਹੀਂ ਕਰਦਾ, ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਨਾ ਕੋ ਹਮਰਾ ਦੁਸ਼ਮਨ ਰਹੇ ਆ, ਨਾ ਹਮ ਕਿਸ ਕੇ ਬੈਰਾ, ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭ ਨਾ ਕੇ ਸਾਜੇ। ਇਹ ਅਵਸਥਾ ਹੈ ਜਿਹੜੀ ਸਤਿਗੁਰੂ ਬਣਾ ਰਹੇ ਹਨ। ਸੋਦਤ ਸੋਦਤ ਤੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ, ਅਗੇਨ ਐਨ ਅਗੇਨ ਗੁਰ ਪ੍ਰਸਾਦ, ਗੁਰੂ ਦੀ ਸਿੱਖਿਆ ਦੇ ਰਾਹੀਂ, ਗੁਰੂ ਦੇ ਲੈਸਨ ਟੀਚਿੰਗ ਦੇ ਰਾਹੀਂ ਤਤ ਸਭ ਬੂਝਿਆ, ਸਾਰੇ ਤੱਤਾਂ ਦੀ ਸਮਝ ਆ ਗਈ। ਅਗੇਨ ਇਸ ਦਾ ਲਾਜਿਕ ਆਫ ਦਾ ਐਜੂਕੇਸ਼ਨ, ਜੋ ਗੁਰੂ ਕੋਲ ਹੈ ਉਹ ਸਾਰਾ ਕੁਝ ਮੈਨੂੰ ਸਮਝਾਈ ਜਾ ਰਿਹਾ। ਮੈਥ ਦੇ ਟੀਚਰ ਨੇ ਮੈਨੂੰ ਅੱਜ ਕਾਉਂਟਿੰਗ ਸਿਖਾਈ, ਗਿਣਤੀ ਸਿਖਾਈ, ਫਿਰ ਪਲੱਸ ਮਾਈਨਸ ਕਰਨਾ ਸਿਖਾਇਆ, ਫਿਰ ਡਿਵਾਈਡ ਕਰਨਾ ਸਿਖਾਇਆ, ਮਲਟੀਪਲ ਕਰਨਾ ਸਿਖਾਇਆ। ਐਂਡ ਆਫਟਰ ਸਮ ਇਅਰਸ ਮੈਂ ਉਸ ਮੈਥ ਦਾ ਟੀਚਰ ਬਣ ਕੇ 15 ਸਾਲਾਂ ਬਾਅਦ ਉਸੇ ਸਕੂਲ ਕਲਾਸ ਦੇ ਅੰਦਰ ਟੀਚਰ ਬਣ ਗਿਆ, ਉਹਦੇ ਵਰਗਾ ਹੋ ਗਿਆ। ਸੋਧਤ 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 ਤੀਜਿਆ, ਮਨ ਨੂੰ ਸੋਧਣਾ ਹੈ, ਮਨ ਨੂੰ ਖੋਜਣਾ ਹੈ। ਬੰਦੇ ਖੋਜ ਦੇ ਮਹਾਰੋਜ, ਇਹਦੇ ਵਿੱਚੋਂ ਰੱਬ ਲੱਭਣਾ ਹੈ। ਤੇ ਸਮਝਾਏਗਾ ਕੌਣ? ਗੁਰ ਪ੍ਰਸਾਦ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂ। ਹੁਣ ਅਵਸਥਾ ਬਣ ਗਈ ਹੈ, ਮੈਨੂੰ ਕਾਉਂਟਿੰਗ ਵੀ ਆਉਂਦੀ ਹੈ, ਮਲਟੀਪਲ ਵੀ ਆਉਂਦਾ ਹੈ, ਅਲਜਬਰਾ ਵੀ ਆਉਂਦਾ ਹੈ। ਹੁਣ ਗੁਰੂ ਨੇ ਦੱਸ ਦਿੱਤਾ, ਹੁਣ ਜਿੱਥੇ ਮੈਂ ਦੇਖਦਾ ਹਾਂ ਸਾਰੀ ਜਗ੍ਹਾ ਤੇ ਉਹ ਮੂਲ ਪਰਮੇਸ਼ਰ ਮੈਨੂੰ ਨਜ਼ਰ ਆਉਂਦਾ, ਉਹ ਮੇਰਾ ਵੀ ਮੂਲ ਹੈ, ਹਰ ਚੀਜ਼ ਦਾ ਉਹ ਮੂਲ ਹੈ, ਬੇਸ ਹੈ, ਤੇ ਹਰ ਚੀਜ਼ ਵਿੱਚੋਂ ਮੈਂ ਉਹਨੂੰ ਦੇਖਦਾ ਹਾਂ। ਸੋ ਸੁਖਮ ਸੋਈ ਅਸੂ, ਉਹ ਜ਼ਰੇ ਜ਼ਰੇ ਵਿੱਚ ਹੈ, ਹਰ ਜਗ੍ਹਾ ਤੇ ਹੈ, ਛੋਟੀ ਤੋਂ ਛੋਟੀ ਜਗ੍ਹਾ ਵਿੱਚ ਹੈ, ਕੀੜੀ ਦੇ ਵਿੱਚ ਹੈ, ਹਾਥੀ ਦੇ ਵਿੱਚ ਹੈ, ਜ਼ਮੀਨ ਦੇ ਵਿੱਚ ਹੈ, ਆਸਮਾਨ ਦੇ ਵਿੱਚ ਹੈ, ਹਰ ਥਾਂ ਮੈਨੂੰ ਨਜ਼ਰ ਆਉਂਦਾ। ਮੈਂ ਕਿਤ ਜਨਮੈ ਮੈਂ ਕਿਤ ਮਰੈ ਵਾਜੀ ਵਾ। ਹੁਣ ਮੇਰਾ ਮਨ ਖੁਸ਼ੀ ਵਿੱਚ ਰੋਜ਼ ਰੋਜ਼ ਜਨਮ ਨਹੀਂ ਲੈਂਦਾ, ਮੇਰਾ ਮਨ ਦੁਖੀ ਹੋ ਕੇ ਰੋਜ਼ ਰੋਜ਼ ਮਰਦਾ ਨਹੀਂ ਹੈ। ਮੈਂ ਅੱਜ ਹੀ ਮੇਰਾ ਮਨ ਇਸ ਜਨਮ ਮਰਨ ਤੋਂ ਛੁੱਟ ਗਿਆ ਹੈ। ਆਪਨ ਚਲਤ ਆਪ ਹੀ ਕਰੈ। ਹੁਣ ਕਿਉਂਕਿ ਇਹ ਜਨਮ ਮਰਨ ਅਜੂਨੀ ਪਰਮੇਸ਼ਰ ਦਾ ਗੁਣ ਹੈ, ਉਹ ਜੂਨਾ ਵਿੱਚ ਨਹੀਂ ਆਉਂਦਾ, ਜਨਮ ਮਰਨ ਵਿੱਚ ਨਹੀਂ ਆਉਂਦਾ, ਤੇ ਗੁਰੂ ਨੇ ਮੈਨੂੰ ਜਾਚ ਸਿਖਾ ਦਿੱਤੀ, ਉਹਦੇ ਗੁਣ ਮੈਂ ਅਡਾਪਟ ਕਰ ਲਿਆ ਮੇਰੇ ਮਨ ਨੇ, ਤੇ ਮੇਰਾ ਮਨ ਵੀ ਅਜੂਨੀ ਹੋ ਗਿਆ। ਆਪਨ ਚਲਿਤ, ਇਹ ਸਾਰੀ ਖੇਡ ਪਰਮੇਸ਼ਰ ਦੀ ਹੈ, ਇਹ ਗੇਮ ਸਾਰੀ ਉਹਦੀ ਹੈ, ਉਹਦੇ ਵੱਸ ਵਿੱਚ ਹੈ, ਉਹਦੇ ਕੰਟਰੋਲ ਵਿੱਚ ਹੈ। ਆਪ ਹੀ ਕਰੈ ਤੇ ਇਹ ਸਾਰੀ ਖੇਡ ਆਪ ਕਰ ਰਿਹਾ ਹੈ। ਆਵਨ ਜਾਵਨ ਦੇ ਅੰਦਰੇ, ਆਉਣਾ ਜਾਣਾ, ਜੋ ਦਿਸਦਾ ਹੈ ਜੋ ਨਹੀਂ ਦਿਸਦਾ ਹੈ। ਦੇਰ ਆਰ ਸੋ ਮੈਨੀ ਥਿੰਗ ਇਨ ਦਾ ਵਰਲਡ ਵੀ ਕਾਂਟ ਸੀ ਵਿਦ ਆਵਰ ਆਈਜ਼, ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ। ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਉਹਦੇ ਹੁਕਮ ਦੇ ਵਿੱਚ
ਉਹਦੀ ਰਜ਼ਾ ਵਿੱਚ ਆਉਣਾ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਉਸ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਮੈਂ ਉਸਦੇ ਹੁਕਮ ਉਹਦੀ ਆਗਿਆ ਰਜ਼ਾ ਵਿੱਚ ਆ ਕੇ ਇਸ ਨੂੰ ਸਮਝ ਸਕਦਾ ਹਾਂ, ਉਹਦੀ ਬਣਾਵਟ ਨੂੰ ਜਾਣ ਸਕਦਾ ਹਾਂ, ਰਿਅਲਾਈਜ਼ ਕਰ ਸਕਦਾ ਹਾਂ। ਆਪੇ ਆਪ ਸਗਲ ਮੈਂ ਆਪ, ਪੱਪੇ ਨੂੰ ਹੁਸ਼ਿਆਰੀ ਹੈ ਆਪਣੇ ਬਣਾਏ ਹੋਏ ਨਿਯਮ ਦੁਆਰਾ, ਆਪਣੀ ਬਣਾਈ ਹੋਈ ਪ੍ਰੋਗਰਾਮਿੰਗ ਸਾਫਟਵੇਅਰ ਦੇ ਦੁਆਰਾ। ਉਹ ਆਪ ਹੀ ਆਪ ਹੈ, ਸਾਰਾ ਕੁਝ ਬਣਾ ਕੇ ਉਹਦੇ ਵਿੱਚ ਸਮਾਇਆ ਹੋਇਆ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੁਇ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਉਹ ਦੇਖ ਰਿਹਾ ਹੈ, ਸੰਭਾਲ ਕਰਦਾ ਹੈ। ਅਨੇਕ ਜੁਗਤ ਰਤ ਆਪ ਉਥਾਪ, ਇਹ ਸਾਰੀ ਸ੍ਰਿਸ਼ਟੀ ਕਈ ਢੰਗ ਤਰੀਕਿਆਂ ਨਾਲ ਉਸਨੇ ਬਣਾਈ, ਪਰ ਜਾਣਦਾ ਉਹ ਆਪ ਹੈ ਕਿਵੇਂ ਬਣਾਈ। ਉਹਦੀ ਰਚਨਾ ਕੀਤੀ ਹੈ, ਉਹਨੂੰ ਥਾਪਿਆ ਹੈ, ਉਹਨੂੰ ਬਣਾਇਆ ਹੈ, ਬਣਾ ਕੇ ਨਸ਼ਟ ਵੀ ਆਪ ਕਰਦਾ ਹੈ। ਇਹ ਉਹਦਾ ਗੁਣ ਹੈ, ਬਣਾਉਂਦਾ ਵੀ ਹੈ, ਨਾਸ਼ ਵੀ ਕਰਦਾ ਹੈ। ਜਨਮ ਵੀ ਉਹਦੇ ਹੁਕਮ ਵਿੱਚ ਹੈ, ਮਰਨ ਵੀ ਉਹਦੇ ਹੁਕਮ ਵਿੱਚ ਹੈ। ਅਬਿਨਾਸ਼ੀ ਨਾਹੀ ਕਿਛ ਖੰਡ, ਉਹ ਨਾਸ਼ ਨਹੀਂ ਹੁੰਦਾ। ਇਹੋ ਜਿਹਾ ਪਰਮੇਸ਼ਰ ਜਿਹੜਾ ਨਾਸ਼ ਨਹੀਂ ਹੁੰਦਾ ਹੈ, ਉਹ ਹਰ ਥਾਂ ਮੌਜੂਦ ਹੈ, ਹਰ ਖੰਡ ਜ਼ਰਰੇ ਵਿੱਚ ਮੌਜੂਦ ਹੈ। ਉਹ ਟੁਕੜੇ ਟੁਕੜੇ ਨਹੀਂ ਹੁੰਦਾ ਹੈ, ਪਰ ਹਰ ਟੁਕੜੇ ਵਿੱਚ ਮੌਜੂਦ ਹੈ। ਉਹਦੀ ਕੋਈ ਅੱਖ ਪਾਰਟੀਕੁਲਰ ਨਹੀਂ ਹੈ, ਪਰ ਉਹਦੀਆਂ ਹਜ਼ਾਰਾਂ ਅੱਖਾਂ ਹਨ। ਇਹਦੀ ਡੈਪਥ ਨੂੰ ਬਹੁਤ ਧਿਆਨ ਨਾਲ ਸਮਝਣਾ ਪਵੇਗਾ। ਸਹਿਜ ਤਾਂ ਨੈਣ ਨਾ ਨੈਣ ਹੈ ਤੋ ਇੱਕ, ਉਹਦੀ ਕੋਈ ਅੱਖ ਨਹੀਂ ਹੈ ਪਾਰਟੀਕੁਲਰ, ਬਟ ਸਾਰੀਆਂ ਅੱਖਾਂ ਉਹਦੀਆਂ ਨੇ, ਸਾਰੀਆਂ ਅੱਖਾਂ ਵਿੱਚ ਮੌਜੂਦ ਹੈ, ਉਹਦੀ ਜੋਤ ਹੈ। ਧਾਰਨ ਧਾਰ ਰਹੋ ਬ੍ਰਹਿਮੰਡ, ਧਾਰਦਾ ਹੈ ਬਣਾਉਂਦਾ ਹੈ ਸਾਰਾ ਬ੍ਰਹਿਮੰਡ, ਰਹੋ ਉਸਨੇ ਬਣਾ ਦਿੱਤਾ ਹੈ। ਅਲਖ ਅਭੇਦ ਪੁਰਖ ਪ੍ਰਤਾਪ, ਇਹ ਸਾਰੇ ਉਹਦੇ ਗੁਣ ਹਨ। ਐਸਾ ਪਰਮੇਸ਼ਰ ਜੋ ਜਿਹਦੀ ਉੱਪਰਲੀਆਂ ਪੰਕਤੀਆਂ ਵਿੱਚ ਗੱਲ ਕਰ ਰਹੇ ਹਾਂ, ਕਹਿੰਦੇ ਨੇ ਇਹੋ ਜਿਹਾ ਪਰਮੇਸ਼ਰ ਸ਼ਬਦਾਂ ਦੇ ਵਿੱਚ ਲਿਖਿਆ ਨਹੀਂ ਜਾ ਸਕਦਾ ਹੈ। ਅਭੇਦ ਉਹਦਾ ਭੇਦ, ਉਹਦੀ ਸੀਕ੍ਰੇਸੀ ਨਹੀਂ ਜਾਣੀ ਜਾ ਸਕਦੀ ਹੈ। ਉਹ ਪੁਰਖ ਹੈ, ਸਮਾਇਆ ਹੋਇਆ ਹੈ, ਵੱਡ ਪ੍ਰਤਾਪ ਹੈ। ਅਲਖ ਅਭੇਦ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾ, ਨਾਨਕ ਵੀ ਆਖਦੇ ਨੇ ਆਪ। ਪੱਪੇ ਨੂੰ ਸਿਆਰੀ ਹੈ, ਨਾਉਂ ਨਹੀਂ ਹੈ। ਆਪਣੇ ਬਣਾਏ ਹੋਏ ਨਿਯਮ ਦੇ ਵਿੱਚ ਸਾਨੂੰ ਜਾਪ ਕਰਾਉਂਦਾ ਹੈ ਸਾਰਿਆਂ ਨੂੰ। ਤੇ ਉਹਦਾ ਨਿਯਮ ਕੀ ਹੈ? ਉਹ ਟ੍ਰੈਂਗਲ, ਪਰਮੇਸ਼ਰ ਮੇਰੇ ਕਰਮ ਕਰਕੇ, ਚੰਗੇ ਕਰਮ ਕਰਕੇ ਮੈਨੂੰ ਸਤਿਗੁਰੂ ਨਾਲ ਮਿਲਾਉਂਦਾ ਹੈ, ਤੇ ਸਤਿਗੁਰੂ ਆਪਣੀ ਸਿੱਖਿਆ ਦੇ ਕੇ ਉਸ ਪਰਮੇਸ਼ਰ ਦੇ ਨਾਮ ਗੁਣ ਨਾਲ ਉਹਦਾ ਜਾਪ ਕਰਾ ਕੇ ਮੈਨੂੰ ਜੋੜ ਦਿੰਦਾ ਹੈ। ਆਪ ਪੱਪੇ ਨੂੰ ਸਿਆਰੀ ਹੈ, ਇਹਨੂੰ ਸਮਝਣਾ ਹੋਵੇਗਾ। ਕਰ ਕਿਰਪਾ ਗੁਰੂ ਮਿਲਾਏ, ਗੁਰ ਮਿਲਾਏ, ਇਹ ਟ੍ਰੈਂਗਲ ਦਾ ਹਿੱਸਾ ਹੈ। ਉਹ ਕਿਰਪਾ ਕਰਕੇ ਗੁਰੂ ਨਾਲ ਮਿਲਾਉਂਦਾ ਹੈ। ਰੰਗੀ ਰੰਗੀ ਪਾਪੀ ਕਰ ਕਰ ਜਿਨਤੀ, ਮਾਇਆ ਜਿਨ ਉਪਾਈ, ਇਹ
ਕਿੰਨੇ ਤਰ੍ਹਾਂ ਦੀ ਉਹਨੇ ਰੰਗਾਂ ਦੀ ਸ੍ਰਿਸ਼ਟੀ ਬਣਾਈ ਹੈ। ਜਿਨ ਪ੍ਰਭ ਜਾਤਾ ਸੁਸ਼ੋਭਾਵਨ ਸਗਲ ਸੰਸਾਰ ਉਦਰੈ ਤਿਨ ਮੰਤ। ਜਿਹਨੇ ਪ੍ਰਭੂ ਨੂੰ ਜਾਣ ਲਿਆ ਹੈ, ਦੇਖੋ ਉੱਪਰਲੇ ਪਿਛਲੇ ਪੰਕਤੀਆਂ ਵਿੱਚ ਪ੍ਰਭੂ ਨਾਲ ਮਿਲਾਪ, ਉਹਦੇ ਗੁਣਾਂ ਦੇ ਨਾਲ ਮਿਲਾਪ, ਉਹਦੀ ਆਰਾਧਨਾ ਸਿਮਰਨ ਦੇ ਨਾਲ ਮੈਂ ਉਹਨੂੰ ਜਾਣਿਆ, ਮੈਂ ਉਹਨੂੰ ਸਮਝਿਆ, ਉਹਦੇ ਵਰਗਾ ਬਣ ਰਿਹਾ ਹਾਂ, ਤੇ ਹੁਣ ਮੇਰੇ ਮਨ ਦੀ, ਮੇਰੇ ਸਰੀਰ ਦੇ ਆਰਗਨ ਕਰਮ ਇੰਦਰੇ ਗਿਆਨ ਇੰਦਰੇ ਹੁਣ ਇਸ ਮਨ ਮਤ ਦੀ ਸ਼ੋਭਾ ਕਰਦੇ ਨੇ। ਮਨ ਵੀ ਸੋਹਣਾ ਹੋ ਗਿਆ ਹੈ, ਮਤ ਵੀ ਸ਼ੋਭਾ ਹੋ ਗਈ ਹੈ, ਕਿਉਂਕਿ ਇਸ ਮਤ ਬੁੱਧ ਨੇ, ਮਨ ਨੇ ਉਸ ਪਰਮੇਸ਼ਰ ਨੂੰ ਜਾਣ ਲਿਆ ਹੈ। ਸਗਲ ਸੰਸਾਰ ਉਦਰੈ ਤਿਨ ਮਨ। ਹੁਣ ਸਾਰਾ ਸੰਸਾਰ ਦਾ ਤੇ ਮੈਨੂੰ ਪਤਾ ਨਹੀਂ, ਪਰ ਮੇਰੇ ਮਨ ਦਾ ਸੰਸਾਰ, ਮੇਰੇ ਸਰੀਰ ਦਾ ਸੰਸਾਰ ਜਿਹੜਾ ਹੈ, ਕਹਿੰਦੇ ਨੇ ਉਹ ਹੁਣ ਉਧਰ ਗਿਆ ਹੈ, ਵਿਕਾਰਾਂ ਤੋਂ ਪਾਰ ਹੋ ਗਿਆ ਹੈ, ਗੁਰੂ ਦੀ ਸਿੱਖਿਆ ਦੇ ਰਾਹੀਂ, ਗੁਰੂ ਦੀ ਮਤ ਦੇ ਰਾਹੀਂ। ਪ੍ਰਭ ਕੇ ਸੇਵਕ ਸਗਲ ਉਦਾਰਨ। ਹੁਣ ਅਗਲਾ ਸਟੈਪ ਹੈ, ਹੁਣ ਸੇਵਕ ਬਣ ਕੇ ਆਪ ਜਪੈ ਅਵਰੈ ਨਾਮ ਜਪਾਵੇ ਦਾ ਪ੍ਰੋਸੈਸ ਸ਼ੁਰੂ ਹੋ ਗਿਆ। ਪਹਿਲਾਂ ਆਪਣੇ ਮਨ ਨੂੰ ਸਾਧਿਆ, ਫਿਰ ਹੁਣ ਸਗਲ ਉਦਾਹਰਨ ਦੂਜਿਆਂ ਨੂੰ ਵੀ ਇਸ ਪਾਸੇ ਲਾਉਣ ਦਾ ਯਤਨ ਕਰਦਾ ਹੈ। ਪ੍ਰਭ ਕੇ ਸੇਵਕ ਦੁੱਖ ਵਿਸਾਰਨ। ਆਪਣੇ ਦੁੱਖ ਵੀ ਖਤਮ ਕਰ ਲਏ, ਹੁਣ ਦੂਜੇ ਦੁੱਖ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਦਾਰੂ ਬਣਦਾ। ਆਪੇ ਮੇਲ ਲੈ ਕਿਰਪਾਲ, ਗੁਰ ਕਾ ਸ਼ਬਦ ਜਪ ਪਏ ਨਿਹਾਲ। ਗੁਰ ਕਾ ਸ਼ਬਦ, ਗੁਰੂ ਦਾ ਲੈਸਨ, ਗੁਰੂ ਦੀ ਟੀਚਿੰਗ, ਉਹਦੇ ਨਾਲ ਮੈਂ ਪਰਮੇਸ਼ਰ ਦੇ ਗੁਣ ਜਪ ਜਪ ਕੇ ਨਿਹਾਲ ਹੁੰਦਾ ਹਾਂ, ਮੌਜ ਵਿੱਚ ਹਾਂ, ਆਨੰਦ ਵਿੱਚ ਹਾਂ, ਖੇੜੇ ਵਿੱਚ ਹਾਂ। ਤੇ ਇਹ ਕਿਵੇਂ ਹੋਇਆ? ਆਪੇ ਮੇਲ ਲੈ ਕਿਰਪਾਲ। ਕਿਰਪਾ ਦਾ ਘਰ ਪਰਮੇਸ਼ਰ ਜੋ ਹੈ, ਉਹ ਮਾਲਕ ਰੱਬ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਉਨਕੀ ਸੇਵਾ ਸੋਈ ਲਾਗੈ, ਵਿਸ਼ਨੂੰ ਕਿਰਪਾ ਕਰੇ ਬੜ ਭਾਗੈ। ਦੇਖੋ ਕਿਰਪਾ ਕਿਰਪਾਲ ਕਿੰਨੀ ਵਾਰੀ ਸ਼ਬਦ ਆ ਰਿਹਾ ਹੈ ਬਾਰ ਬਾਰ, ਜੇ ਇਹਨੂੰ ਸਮਝ ਜਾਈਏ ਉਹਦੀ ਕਿਰਪਾ ਕਿਵੇਂ ਲੈਣੀ ਹੈ, ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਬੜ ਭਾਗੈ ਜਿਹੜੇ ਉਹਦਾ ਨਾਮ ਜਪਦੇ ਨੇ, ਜਿਨ੍ਹਾਂ ਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਬਣਦਾ ਹੈ, ਉਹ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ। ਨਾਮ ਜਪਤ ਪਾਵੇਂ ਬਿਸਰਾਮ, ਨਾਨਕ ਤਿਨ ਪੁਰਖ ਕੋ ਉੱਤਮ ਕਰਮਾ। ਨਾਮ ਜਪਤ, ਹੁਣ ਇਹ ਨਾਮ ਜਪਣ ਦਾ, ਉਹਦੇ ਗੁਣ ਧਾਰਨ ਕਰਨ ਦਾ ਪ੍ਰੋਸੈਸ ਦੇਖੋ ਪਹਿਲੀ ਪਦੇ ਤੋਂ ਸ਼ੁਰੂ ਹੋਇਆ ਹੈ, ਕਿਵੇਂ ਲਗਾਤਾਰ ਉਠਤ ਬੈਠਤ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਪਾਵੇਂ ਵਿਸਰਾਮ, ਮਨ ਨੂੰ ਵਿਸਰਾਮ ਆ ਗਿਆ। ਨਾਨਕ ਤਿਨ ਪੁਰਖ, ਉਹਨਾਂ ਇਨਸਾਨਾਂ ਨੂੰ, ਉਹਨਾਂ ਸਿੱਖਾਂ ਨੂੰ, ਉਹਨਾਂ ਨਾਮ ਜਪਣ ਵਾਲਿਆਂ ਨੂੰ ਉੱਤਮ ਕਰ ਮਾਨ, ਉਹਨਾਂ ਨੂੰ ਚੰਗਾ ਸਮਝਿਆ ਕਰ, ਉਹਨਾਂ ਦਾ ਪਿਆਰ ਸਤਿਕਾਰ ਕਰਿਆ ਕਰ। ਜੋ ਕਿ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਹੁਣ ਇਹੋ ਜਿਹਾ ਮਨੁੱਖ ਜੋ ਉਸ ਪਰਮੇਸ਼ਰ ਨਾਲ ਜੁੜਿਆ ਹੈ, ਜੋ ਕੁਝ ਹੁਣ ਕਰਦਾ ਹੈ ਪ੍ਰਭੂ ਦੇ ਹੁਕਮ ਰਜ਼ਾ
ਪਿਆਰ ਵਿੱਚ ਕਰਦਾ ਹੈ। ਟੀਚਰ ਸੇਜ਼ 2 + 2 = 4। ਯੈਸ ਸਰ, ਜੋ ਗੁਰ ਕਹੈ ਸੋਈ ਪਲ ਮਾਨੋ। ਜੋ ਗੁਰੂ ਆਖ ਦਿੰਦਾ ਹੈ ਇਹ ਮਨ ਉਸ ਨੂੰ ਹੁਣ ਮੰਨ ਲੈਂਦਾ ਹੈ ਤੇ ਉਹਦੇ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਤੇ ਹੁਣ ਹਰ ਵੇਲੇ ਸਦਾ ਸਦਾ ਹਰ ਸੰਗ ਮੇਰਾ ਮਨ ਉਸ ਰੱਬ ਦੀ ਸੰਗਤ ਕਰਦਾ ਹੈ, ਉਹਦੀ ਅਕੰਪਨੀ ਕਰਦਾ ਹੈ, ਉਸ ਰੱਬ ਕੋਲ ਬੈਠਦਾ ਹੈ, ਉਸ ਰੱਬ ਨਾਲ ਰੋਜ਼ ਗੱਲਾਂ ਕਰਦਾ ਹੈ ਮੇਰਾ ਮਨ। ਸਹਿਜ ਸੁਭਾਏ ਹੋਵੇ ਸੋ ਹੋਏ। ਹੁਣ ਸਾਰਾ ਕੁਝ ਸਹਿਜ ਸੰਤੋਖ ਉਸ ਦੀ ਰਜ਼ਾ ਵਿੱਚ ਬੜਾ ਬਿਲਕੁਲ ਠੀਕ ਹੋ ਰਿਹਾ ਹੈ, ਉਹਦੀ ਰਜ਼ਾ ਦੀ ਸਮਝ ਆ ਗਈ। ਕਰਨ ਹੈ ਹਾਰ ਪਛਾਣ ਹੈ ਸੋਏ, ਤੇ ਹੁਣ ਉਹਦੀ ਪਛਾਣ ਹੋ ਗਈ। ਜਿਹੜਾ ਵੀ ਇਨਸਾਨ ਦੁਨੀਆ ਦਾ, ਨਾਟ ਓਨਲੀ ਦਾ ਸਿੱਖ, ਐਨੀਵਨ ਇਨ ਦਾ ਵਰਲਡ, ਥਰੂ ਦਾ ਲੈਸਨ ਆਫ ਦਾ ਗੁਰੂ, ਐਨੀਵਨ ਅਡਾਪਟ ਦਾ ਐਟਰੀਬਿਊਟਸ ਆਫ ਦਾ ਗਾਡ, ਉਹ ਕਰਨਹਾਰ ਕ੍ਰੀਏਟਰ ਰੱਬ ਨੂੰ ਪਛਾਣ ਲੈਂਦਾ ਹੈ, ਉਹਨੂੰ ਜਾਣ ਲੈਂਦਾ ਹੈ। ਰੱਬ ਕਾ ਕੀਆ ਜਨਮੀ ਲਗਾਨਾ, ਤੇਰਾ ਕੀਆ ਮਿੱਠਾ ਲੱਗਾ। ਹੁਣ ਉਹਦਾ ਕੀਤਾ ਸਾਰਾ ਚੰਗਾ ਲੱਗਦਾ, ਮਿੱਠਾ ਲੱਗਦਾ ਹੈ, ਉਹਦੀ ਰਜ਼ਾ ਸਿਰ ਮੱਥੇ ਪ੍ਰਵਾਨ ਹੈ। ਜੇ ਸੁਖ ਦੇ ਤਾਂ ਤੁਝੈ ਆਰਾਧੀ, ਦੁੱਖ ਵੀ ਤੁਝੈ ਧਿਆਈ, ਇਹ ਵਸਤਾ ਬਣ ਗਈ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਹੋ ਜਿਹਾ ਪਰਮੇਸ਼ਰ ਹੈ ਮੈਨੂੰ ਉਹੋ ਜਿਹਾ ਨਜ਼ਰ ਆਉਂਦਾ ਹੈ। ਇੱਕ ਮਿੱਠਾ ਹੈ, ਜੋਤੀ ਜੋਤ ਰਲ ਰਹੀ ਹੈ। ਜਿਸ ਤੇ ਉਪਜੇ ਤਿਸ ਮਾਏ ਸਮਾਏ, ਵਾਹ ਜੀ ਵਾਹ। ਉੱਥੋਂ ਪੈਦਾ ਹੋਏ ਸੀ, ਉਹਦੀ ਅੰਸ਼ ਸੀਗੇ, ਉਹਦੀ ਜੋਤ ਸੀ ਅੰਦਰ, ਉਹਦੇ ਵਿੱਚ ਸਮਾ ਗਏ, ਉਹਦੇ ਵਰਗੇ ਬਣ ਗਏ। ਨਦੀਆਂ ਅੱਤੈ ਵਾਹ, ਭਵੇਂ ਸਮੁੰਦ ਨਾ ਜਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਣੈ। ਕੈਸੀ ਕਮਾਲ ਦੀ ਬਣਤਰ ਹੈ, ਮਨ ਦੀ ਅਵਸਥਾ ਦੇਖੋ। ਜਿਸ ਤੇ ਉਪਜਿਆ ਤਿਸ ਮਾਏ ਸਮਾਏ, ਉਹਦੇ ਵਿੱਚ ਸਮਾ ਗਿਆ। ਅੱਜ ਸਾਨੂੰ ਮਰਨ ਤੋਂ ਬਾਅਦ ਮਿਲਾਪ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਮਰਨ ਤੋਂ ਬਾਅਦ ਅਸੀਂ ਸ਼ਬਦ ਪੜ੍ਹਦੇ ਹਾਂ, ਜੋਤੀ ਜੋਤ ਰਲੀ ਸੰਪੂਰਨ ਪਿਆਰਾ। ਗੁਰੂ ਨਾਨਕ ਅੱਜ ਮਿਲਾਉਣਾ ਚਾਹੁੰਦਾ ਹੈ ਮੈਨੂੰ, ਅੱਜ ਮਿਲਾ ਰਿਹਾ ਹੈ, ਆਜ ਮਿਲਾਵਾ ਸ਼ੇਖ ਵਰੀ। ਓਏ ਸੁਖ ਨਿਦਾਨ ਉਹਨੂੰ ਬਣ ਆਏ, ਜਦੋਂ ਉਹਦੇ ਵਰਗਾ ਬਣ ਗਿਆ ਤਾਂ ਮੈਂ ਉਹਦੇ ਖਜ਼ਾਨਿਆਂ ਦਾ ਮਾਲਕ ਹੋ ਗਿਆ। ਉਹ ਮੇਰਾ ਪਿਓ ਹੈ, ਮੇਰੀ ਮਾਂ ਹੈ, ਆਈ ਰਿਅਲਾਈਜ਼ ਦੈਟ, ਤੇ ਉਹਦੇ ਖਜ਼ਾਨੇ ਮੇਰੇ ਹੋ ਗਏ ਨਾ। ਓਏ ਸੁਖ ਨਿਦਾਨ ਉਨਹੂ ਬਨ ਆਏ, ਆਪਸ ਕੋ ਆਪ ਦੀਨੋ ਮਾਂ। ਉਹ ਆਪਣਿਆਂ ਨੂੰ ਮਾਣ ਆਪ ਦਿੰਦਾ ਹੈ, ਉਹਦੇ ਬਣ ਜਾਈਏ ਉਹ ਆਪ ਸਾਰਾ ਕੁਝ ਦਿੰਦਾ ਹੈ। ਨਾਨਕ ਪ੍ਰਭ ਜਨ ਏਕੋ ਜਾਂ, ਜੋਤੀ ਜੋਤ ਰਲੀ ਸੰਪੂਰਨ ਪਿਆਰਾ। ਫਿਰ ਪੜਾਂਗੇ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ। ਇਹ ਜੋਤ ਉਸ ਵਿੱਚ ਰਲ ਗਈ, ਅੱਜ ਜਿਉਂਦੇ ਜੀ ਉਹ ਰਲ ਗਈ। ਮੈਂ ਉਹਦੇ ਵਰਗਾ ਬਣ ਗਿਆ ਹਾਂ, ਕੋਈ ਫਰਕ ਨਹੀਂ ਹੈ। ਨਾਨਕ ਪ੍ਰਭ ਜਨ ਏਕੋ ਜਾਂ, ਨਾਨਕ ਆਖਦੇ ਨੇ ਪ੍ਰਭ ਤੇ ਜਨ ਇੱਕੋ ਜਿਹੇ ਹੋ ਗਏ, ਇੱਕ ਮਿੱਕ ਹੋ ਗਏ, ਇੱਕ
ਜੋਤ ਬਣ ਗਏ ਹੋਈਆਂ ਫੁੱਲਾਂ ਦੀ ਕਿਮਾ ਕਰਨੀ, ਫਤਿਹ ਦੀ ਸਾਂਗ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਨੂੰ ਬੇਨਤੀ ਹੈ, ਕਿਸੇ ਵੀਰ ਕੋਈ ਸਵਾਲ ਹੋਵੇ ਆਪ ਵੀ ਪੁੱਛ ਸਕਦੇ ਹੋ।